ਸੋਨੀ ਅੰਗੂਠੀ ਇਨਸ਼ਾਅੱਲਾ ਐਵਰੀ ਵੀਕ ਹੋਇਆ ਕਰੇਗੀ। ਅੱਛਾ ਕੁਰਾਨ ਦਾਦੀ ਜੀ ਨਿਕਲੇਗੀ, ਇਹ ਕਿਵੇਂ ਕੁਰਾਨ ਦਾਦੀ ਸਪੈਸ਼ਲ ਆਫਰ, ਇਹ ਵੀ ਮੁਨੀ ਰੱਖੇ ਹੈ 15 15 ਪਾਉਂਡ। ਅੱਛਾ ਫਰਜ਼ਾਨਾ ਫੈਸ਼ਨ ਵਾਲੇ ਕਿੰਨੇ ਸੋਹਣੇ ਜਿਹੇ ਕੱਪੜੇ ਲਾਏ ਨੇ ਜੀ। ਵੇਖ ਲਓ ਜੀ ਮਾਸ਼ਾਅੱਲਾ ਸਿਸਟਰ ਨੇ ਇੱਕ ਸੈਟਅਪ ਕੀਤਾ ਇੱਥੇ, ਇਹਨਾਂ ਕੋਲ ਸਾਰੇ ਬਕਲਾਵਸ ਹੈ ਨੇ ਡਿਫਰੈਂਟ। ਲਓ ਜੀ ਵੇਖ ਲਓ ਜੀ ਚਾਚਾ ਪਲਾਜ਼ਾ ਦੇ ਬਾਹਰ ਮਾਸ਼ਾਅੱਲਾ ਗੰਨੇ ਵੀ ਆ ਗਏ ਨੇ ਬੜੇ ਤਾਜ਼ਾ ਤਾਜ਼ਾ। ਮਾਸ਼ਾਅੱਲਾ ਸੂਟ ਤੇ ਸੋਹਣੇ ਹੀ ਨੇ। ਅੱਛਾ ਸਾਰੀ ਨਵੀਂ ਆਈ ਹੈ ਅਤੇ ਮਾਸ਼ਾਅੱਲਾ ਵੇਖ ਲਓ ਸਾਹਮਣੇ ਦਰਵਾਜ਼ੇ 'ਚ ਮੈਚਿੰਗ ਸੂਟ ਹੈ ਜੀ। ਇਹ ਦੇਖ ਲਓ ਜੀ ਮਾਸ਼ਾਅੱਲਾ ਕਿੰਨੇ ਸੋਹਣੇ ਸੋਹਣੇ ਡਿਜ਼ਾਇਨ ਨੇ ਮਾਸ਼ਾਅੱਲਾ। ਮਾਸ਼ਾਅੱਲਾ ਕਿੰਨੇ ਸੋਹਣੇ ਸੋਹਣੇ ਨੈਕਲੈਸ ਲੱਗੇ ਨੇ ਜੀ। ਤੁਹਾਨੂੰ ਸਮੋਸਾ ਚਾਟ ਵੀ ਮਿਲੇਗੀ, ਚਿਕਨ ਬਿਰਿਆਨੀ ਵੀ ਮਿਲੇਗੀ, ਵੇਖ ਲਓ ਕਿੰਨੀ ਸੋਹਣੀ ਜੀ ਬਣੀ ਹੋਈ ਹੈ ਜੀ। ਮਲਟੀ ਕਲਰ ਸਿਰਫ 8 ਪਾਉਂਡ ਦਾ ਦੇਖੋ ਜੀ ਹੋਲਸੇਲ ਪ੍ਰਾਈਸ। ਹੋਲਸੇਲ ਪ੍ਰਾਈਸ ਪਾ ਜਾਂਦੇ। ਅਸਲਾਮ ਅਲੈਕੁਮ ਜੀ, ਉਮੀਦ ਕਰਦਾ ਸੀ ਸਾਰੇ ਖਰੀਏ ਨਾਲ ਹੋ ਗਏ, ਵਧੀਆ ਹੋ ਗਏ। ਲਓ ਜੀ ਤੁਹਾਡਾ ਦੇਸੀ ਭਰਾ ਇੱਕ ਦਫਾ ਫਿਰ ਪਹੁੰਚ ਗਿਆ ਚਾਚਾ ਪਲਾਜ਼ਾ ਦੇ ਅੰਦਰ, ਅਤੇ ਮੈਂ ਤਾਂ ਚਾਹੁੰਦਾ ਭੈਣ ਭਰਾਵਾਂ ਦਾ ਫਾਇਦਾ ਹੋਵੇ ਹੈ ਜੀ। ਚਾਚਾ ਪਲਾਜ਼ਾ ਵਾਲੇ ਇੱਕ ਵਧੀਆ ਜੀ ਆਫਰ ਲਾਉਣ ਜਾ ਰਹੇ ਨੇ, ਅਤੇ ਮੇਰਾ ਨਹੀਂ ਖਿਆਲ ਪੂਰੇ UK ਦੇ ਅੰਦਰ ਕਿਸੇ ਹੋਰ ਆਫਰ ਲਾਈ ਹੋਏਗੀ। ਅਤੇ ਤੁਹਾਨੂੰ ਪਤਾ ਹੁਣ ਸ਼ਾਦੀਆਂ ਦਾ ਵੀ ਸੀਜ਼ਨ ਆ ਗਿਆ, ਰੰਗ ਬਿਰੰਗੇ ਕੱਪੜੇ ਵੀ ਚਾਚਾ ਪਲਾਜ਼ਾ ਦੇ ਅੰਦਰ ਆ ਗਏ ਨੇ ਵਧੀਆ ਜੀ ਆਫਰ ਦੇ ਨਾਲ। ਚਲੋ ਚਲਦੇ ਹਾਂ ਅੰਦਰ ਵਿਖਾਉਂਦੇ ਹਾਂ ਚਾਚਾ ਪਲਾਜ਼ਾ ਕਿਹੜੀ ਆਫਰ ਲਾ। ਕਾਰ ਪਾਰਕ ਦੀ ਜਗ੍ਹਾ ਇਹਨਾਂ ਕੋਲ ਕਾਫੀ ਹੈ, ਜਦੋਂ ਵੀ ਤੁਸੀਂ ਆਓ ਗੱਡੀਆਂ ਖਲਾਉਣ ਦੀ ਟੈਨਸ਼ਨ ਕੋਈ ਨਹੀਂ। ਅਤੇ ਸਾਹਮਣੇ ਚਾਚਾ ਪਲਾਜ਼ਾ ਜਨਾਬ, ਧੁੱਪ ਵੀ ਮਾਸ਼ਾਅੱਲਾ ਬੜੀ ਚਮਕ ਰਹੀ ਹੈ। ਚਲੋ ਜੀ ਅੰਦਰ ਹੀ ਚੱਲਦੇ ਹਾਂ। ਲਓ ਜੀ ਅੰਦਰ ਅਸੀਂ ਆ ਗਏ ਹਾਂ, ਮਾਸ਼ਾਅੱਲਾ ਸੁਬਹਾ ਸੁਬਹਾ ਦਾ ਟਾਈਮ ਹੈ, ਅਤੇ ਚੱਲਦੇ ਹਾਂ ਭਾਈ ਹੋਰਾਂ ਕੋਲ। ਅਤੇ ਮਾਸ਼ਾਅੱਲਾ ਭਾਈ ਹੋਰ ਸਾਹਮਣੇ ਖੜੇ ਗਏ, ਅਸਲਾਮ ਅਲੈਕੁਮ ਭਾਈ ਜਾਨ। ਜਨਾਬ ਵਾਲੇਕੁਮ ਸਲਾਮ ਰਹਿਮਤੁਲਲਾਹ। ਸਰ ਕੀ ਹਾਲ ਹੈ? ਜੀ ਅਲਹਮਦੁਲਿਲਾਹ। ਅਤੇ ਪਹਿਲੇ ਦੱਸੋ ਜੀ ਭਾਈ ਜੀ ਨਾਂ ਕੀ ਹੈ ਆਪਣਾ? ਮੁਹੰਮਦ ਅਬਦੁਲ ਮਾਜਿਦ। ਮੁਹੰਮਦ ਅਬਦੁਲ ਮਾਜਿਦ, ਅਤੇ ਮਾਸ਼ਾਅੱਲਾ ਸੁਣਿਆ ਚਾਚਾ ਪਲਾਜ਼ਾ ਵਾਲੇ ਕੋਈ ਵਧੀਆ ਜੀ ਆਫਰ ਲਾਉਣ ਜਾ ਰਹੇ ਨੇ। ਜੀ ਅਲਹਮਦੁਲਿਲਾਹ, ਕਿਉਂਕਿ ਸਾਨੂੰ ਕਸਟਮਰਾਂ ਨੇ ਕਾਫੀ ਸਾਰੀ ਸਪੋਰਟ ਕੀਤੀ ਹੈ ਬਹੁਤ ਜ਼ਿਆਦਾ, ਅਤੇ ਅਸੀਂ ਇਹਨਾਂ ਇਸ ਵਾਸਤੇ ਈਦ ਵੀ ਅੱਗੇ ਆ ਰਹੀ ਆ ਜੀ ਜੀ, ਅਤੇ ਅਸੀਂ ਸੋਨੇ ਦੀ ਅੰਗੂਠੀ ਹੈ ਨਾ ਇਨਸ਼ਾਅੱਲਾ। ਸੋਨੇ ਦੀ ਅੰਗੂਠੀ ਜੀ? ਅੱਛਾ ਹਾਂਜੀ, ਸੋਨੇ ਦੀ ਅੰਗੂਠੀ ਇਨਸ਼ਾਅੱਲਾ ਐਵਰੀ ਵੀਕ ਹੋਇਆ ਕਰੇਗੀ। ਅੱਛਾ ਕੁਰਾਨ ਦਾਦੀ 'ਚ ਨਿਕਲੇਗੀ। ਇਹ ਕਿਵੇਂ ਕੁਰਾਨ ਦਾਦੀ 'ਚ ਹਿੱਸਾ ਲੈਣਾ ਪਏਗਾ? ਇਹ ਕੁਰਾਨ ਦਾਦੀ 'ਚ ਸਿੰਪਲ ਹੈ ਚੀਜ਼, ਜਿਹੜਾ ਕਸਟਮਰ 50 ਪਾਉਂਡ ਦੀ ਨਾ ਕਰੇਗਾ ਸ਼ੋਪਿੰਗ, ਅੱਛਾ, ਤੇ ਉਸ ਨੂੰ ਇੱਕ ਟੋਕਨ ਦਿੱਤਾ ਜਾਏਗਾ। ਅੱਛਾ, ਉਹ ਇਹ ਜ਼ਰੂਰੀ ਨਹੀਂ ਇੱਕੋ ਦੁਕਾਨ ਤੋਂ ਸ਼ੋਪਿੰਗ ਕਰੇ 50 ਪਾਉਂਡ ਦੀ, ਉਹ ਡਿਫਰੈਂਟ ਡਿਫਰੈਂਟ ਕਿਸੇ ਨੂੰ ਇੱਕ ਦਾ ਹੋ ਗਿਆ, 2 5 10 ਜਿਤਨੇ ਵੀ ਹੋਵੇ 50 ਪਾਉਂਡ ਟੋਟਲ ਹੋਣੇ ਚਾਹੀਦੇ ਆ, ਤੇ ਉਹਨੂੰ ਇੱਕ ਟੋਕਨ ਮਿਲੇਗਾ। ਅੱਛਾ, ਤੇ ਉਹ ਫਿਰ ਬਖਸ਼ ਪਾ ਦਿੱਤਾ ਜਾਏਗਾ, ਤੇ ਫਿਰ ਉਹ ਐਂਡ ਆਫ ਵੀਕ ਸੰਡੇ ਨਾ ਉਹਦੀ ਕੁਰਾਨ ਦਾਦੀ ਹੋਏਗੀ। ਅੱਛਾ, ਤੇ ਦੂਸਰਾ ਅਸੀਂ ਲੀਫਲਿਟ ਕਰ ਰਹੇ ਹਾਂ ਜੀ ਜੀ, ਲੀਫਲਿਟਿੰਗ ਉਹ ਜਿਹੜਾ ਕੋਈ ਲੀਫਲਿਟ ਲੈ ਕੇ ਆਏਗਾ ਨਾ ਜੀ ਜੀ, ਉਹਦੇ 10 ਪਾਉਂਡ ਇੰਕਲੂਡ ਕਰਾਂਗੇ। ਅੱਛਾ, ਤੇ 40 ਪਾਉਂਡ ਦੀ ਸ਼ੋਪਿੰਗ ਕਰੇਗਾ, 10 ਪਾਉਂਡ ਲੀਫਲਿਟ ਦੇ ਹੋਣਗੇ, ਤੇ ਫਿਰ ਉਹ 50 ਪਾਉਂਡ ਉਹਦੇ ਇੰਕਲੂਡ ਕਰਕੇ ਇਸ ਤਰ੍ਹਾਂ ਹੋਣਗੇ। ਅੱਛਾ, ਲੀਫਲਿਟ 'ਚ ਤੇ ਸੁਣਿਆ ਕੋਈ ਈਦ ਵਾਸਤੇ ਵੀ ਅੰਗੂਠੀਆਂ ਦੇਣ ਜਾ ਰਹੇ? ਹਾਂਜੀ, ਈਦ ਤੇ ਇਨਸ਼ਾਅੱਲਾ ਨਾ ਅਸੀਂ ਤਕਰੀਬਨ 3 4 ਅੰਗੂਠੀਆਂ ਨਾ ਕੱਢਾਂਗੇ। 3 4 ਅੰਗੂਠੀਆਂ ਕੱਟੀਆਂ ਸੋਨੇ ਦੀ ਹੋਏਗੀ, ਅਸਲ ਹੋਏਗੀ, ਜਾਲੀ ਨਹੀਂ ਹੋਏਗੀ। ਇਹੀ ਮੈਂ ਪੁੱਛਣ ਲੱਗੀ ਸੀ ਭਾਜੀ, ਵਾਕਈ ਸੋਨੇ ਦੀ ਹੈ ਕਿ ਖਾਲੀ ਉੱਤੇ ਪਾਣੀ ਚੜਿਆ? ਨਹੀਂ ਨਹੀਂ, ਸੋਨੇ ਦੀ ਹੋਏਗੀ ਇਨਸ਼ਾਅੱਲਾ। ਅੱਛਾ, ਵਾਕਈ ਸੋਨੇ ਦੀ ਹੋਏਗੀ, ਤੇ ਉਹਦੇ ਵਾਸਤੇ ਵੀ
ਕੁਰਾਂਦਾਜ਼ੀ ਹੋ ਗਈ ਹੈ ਸਰ, ਕੁਰਾਂਦਾਜ਼ੀ ਹੋ ਗਈ ਕਿਉਂਕਿ ਸੰਡੇ ਦਾ ਦਿਨ ਇਸ ਕਰਕੇ ਚੂਜ਼ ਕੀਤਾ ਵਾ ਕਿਉਂਕਿ ਬਾਹਰੋਂ ਕੋਚਾਂ ਵੀ ਆਣਗੀਆਂ, ਬਿਲਕੁਲ, ਤੇ ਤਾਂ ਕਿ ਉਹ ਜਿਹੜੇ ਸਾਡੇ ਮਹਿਮਾਨ ਹੈਗੇ ਉਹਨਾਂ ਵੀ ਇਹ ਚੀਜ਼ ਹਿੱਸਾ ਲੈ ਸਕਦੇ। ਇਹ ਹਫਤੇ 'ਚ ਕਿਸੇ ਦਿਨ ਵੀ ਤੁਸੀਂ ਸ਼ਾਪਿੰਗ ਕਰ ਸਕਦੇ ਹੋ, ਜ਼ਰੂਰੀ ਨਹੀਂ ਸੰਡੇ ਸ਼ਾਪਿੰਗ ਕਰੋ, ਸਿਰਫ ਕੁਰਾਂਦਾਜ਼ੀ ਸੰਡੇ ਹੋਏਗੀ। ਹਾਂਜੀ, ਕੁਰਾਂਦਾਜ਼ੀ ਸੰਡੇ ਹੋਏਗੀ ਤੇ ਮੰਡੇ ਤੋਂ ਸ਼ੁਰੂ ਹੋਏਗੀ ਤੇ ਸੰਡੇ, ਕਿਉਂਕਿ ਫਰਾਈਡੇ ਸੀ ਬੰਦ ਹੁੰਦੇ ਆ। ਹਾਂਜੀ, ਤੇ ਸੰਡੇ ਇਨਸ਼ਾਅੱਲਾ ਕੁਰਾਂਦਾਜ਼ੀ ਹੋਏਗੀ। ਬਿਲਕੁਲ ਜੀ, ਵੇਖ ਲਓ ਜੀ, ਚਾਚਾ ਪਲਾਜ਼ ਵਾਲੇ, ਮੇਰਾ ਨਹੀਂ ਖਿਆਲ ਯੂਕੇ ਦੇ ਅੰਦਰ ਕਿਸੇ ਹੋਰ ਆਫਰ ਲਾਈ ਹੈ ਜੀ, ਤੇ ਚਾਚਾ ਪਲਾਜ਼ ਵਾਲੇ ਵਧੀਆ ਜੀ ਆਫਰ, ਸੋਨੇ ਦੀਆਂ ਅੰਗੂਠੀਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ। ਔਰ ਜਿਸ ਤਰ੍ਹਾਂ ਕਸਟਮਰਾਂ ਨਾਲ ਸਾਡਾ ਇਸ ਤਰ੍ਹਾਂ ਪਿਆਰ ਰਿਹਾ ਤੇ ਇਨਸ਼ਾਅੱਲਾ ਫਿਊਚਰ 'ਚ ਇਸ ਤੋਂ ਮਜ਼ੀਦ ਵੀ ਅਸੀਂ ਇਹਨਾਂ ਨੂੰ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ ਜੀ, ਤੇ ਹੁਣ ਅਸੀਂ ਆਪਣੇ ਭੈਣ ਭਰਾ ਨੂੰ ਵਿਖਾਉਂਦੇ ਹਾਂ ਜੀ, ਚਾਚਾ ਪਲਾਜ਼ਾ ਦੇ ਅੰਦਰ ਕੱਪੜੇ ਕਿਹੋ ਜਿਹੇ ਵਧੀਆ ਮਿਲਣਗੇ, ਤਾਂ ਹੀ ਤਾਂ ਅੰਗੂਠੀ ਮਿਲੇਗੀ ਨਾ ਇਨਸ਼ਾਅੱਲਾ। ਕਿਉਂ ਜੀ? ਬਿਲਕੁਲ ਜੀ, ਬਿਲਕੁਲ, ਕੱਪੜੇ ਵੇਖਣਗੇ ਤੇ ਆਣਗੇ। ਬਿਲਕੁਲ, ਬਹੁਤ ਸ਼ੁਕਰੀਆ ਜਨਾਬ, ਵਧੀਆ ਜੀ ਆਫਰ ਤੁਸੀਂ ਦੇ ਰਹੇ ਹੋ ਚਾਚਾ ਪਲਾਜ਼ਾ ਦੇ। ਤੇ ਮਾਸ਼ਾਅੱਲਾ ਭਾਈ ਹੋਰਾਂ ਦੱਸ ਹੀ ਦਿੱਤਾ ਜਨਾਬ, ਚਾਚੇ ਪਲਾਜ਼ੇ ਦੇ ਅੰਦਰ ਆਫਰਾਂ ਲੱਗ ਗਈਆਂ ਨੇ ਜਨਾਬ, ਸੁਣਨ ਦੀਆਂ ਅੰਗੂਠੀਆਂ ਤੁਹਾਨੂੰ ਮਿਲਣਗੀਆਂ ਬੜੀ ਵਧੀਆ ਜੀ, ਉਹ ਵੀ ਤੁਸੀਂ ਕੁਰਾਂਦਾਜ਼ੀ ਚ ਹਿੱਸਾ ਲਿਓ। ਤੇ ਚਲੋ ਚੱਲਦੇ ਹਾਂ, ਵੇਖਦੇ ਹਾਂ ਫਿਰ ਚਾਚਾ ਪਲਾਜ਼ਾ ਵਾਲੇ ਕਿਹੜੇ ਕਿਹੜੇ ਵਧੀਆ ਜੇ ਕੱਪੜੇ ਵੇਚ ਰਹੇ ਨੇ ਜੀ, ਤਾਂ ਹੀ ਤੁਸੀਂ ਆਓਗੇ ਨਾ, ਕੱਪੜੇ ਵਧੀਆ ਹੋਣਗੇ ਤੇ ਆਓਗੇ, ਅਗਰ ਕੱਪੜੇ ਵਧੀਆ ਨਹੀਂ ਹੋਣਗੇ ਤੇ ਫਿਰ ਤੁਸੀਂ ਕਹੋਗੇ ਜੀ ਸਾਡਾ ਕੀ ਕੰਮ ਬਣਦਾ ਉੱਥੇ ਜਾਣ। ਲਓ ਜੀ ਚੱਲਦੇ ਹਾਂ ਜੀ, ਸੂਰਜ ਬਦੀਕ ਵਾਲਿਆਂ ਕੋਲ ਵੇਖ ਲਓ, ਇਹਨਾਂ ਕੋਲ ਮਾਸ਼ਾਅੱਲਾ ਥਾਣ ਦੇ ਥਾਣ ਕੱਪੜਿਆਂ ਦੇ ਪਏ ਨੇ, ਵੇਖ ਲਓ ਸਪੈਸ਼ਲ ਆਫਰ। ਅਸਲਾਮ ਅਲੈਕੁਮ ਭਾਈ ਜਾਨ। ਵਾਲੇਕੁਮ ਸਲਾਮ, ਕੀ ਹਾਲ? ਠੀਕ ਠਾਕ ਹੋ? ਠੀਕ ਠਾਕ, ਅਲਹਮਦੁਲਿਲਾ, ਤੁਸੀਂ ਸੁਣਾਓ ਜਨਾਬ, ਕੀ ਹਾਲ ਹੈ? ਸ਼ੁਕਰ ਅਲਹਮਦੁਲਿਲਾ। ਕੋਈ ਵਧੀਆ ਜੀ ਆਫਰਾਂ ਲਾਈਆਂ ਜਨਾਬ? ਸਪੈਸ਼ਲ ਸਪੈਸ਼ਲ ਆਫਰ ਨੇ ਮਰੀਨਾ ਲੀਲਨ ਸਾਰਾ 5 ਪਾਉਂਡ ਦਾ ਸੂਟ ਹੈ ਜੀ ਜੀ, ਪਰ ਲੱਛੀ ਨੇ ਜਿਹੜਾ ਇਹ ਵਾਲਾ ਲਾਇਆ ਸੀ ਨਾ 12 ਪਾਉਂਡ ਦਾ ਸੂਟ, ਸਿਰਫ 6 ਪਾਉਂਡ ਦਾ, 6 6 ਪਾਉਂਡ ਦਾ, 6 ਪਾਉਂਡ ਦਾ, ਉਹ ਵੈਲਵੇਟ ਦਾ 5 ਪਾਉਂਡ ਦਾ ਸ਼ੁਰੂ ਨੇ ਜੀ ਜੀ, ਤੇ ਪਾ ਜਿਹੜੀ ਨੇ 8 12 ਪਾਉਂਡ ਵਾਲੀ ਸੀ, ਸਾਰਾ 3 ਫਿਟ 3 ਪਾਉਂਡ 50 ਯਾਰਡ ਹੈ ਇਹ ਜਿਹੜੇ ਸਾਰੇ ਕਿੰਨੇ ਖੂਬਸੂਰਤ ਦੁਪੱਟੇ ਮਾਸ਼ਾਅੱਲਾ, 8-8 ਪਾਉਂਡ ਦੇ ਸਪੈਸ਼ਲ ਆਫਰ ਦੇ, 8-8 ਪਾਉਂਡ ਦੇ ਦੁਪੱਟੇ, ਵਾਹ ਕੀ ਬਾਤ ਹੈ ਜਨਾਬ, ਅਨਬੀਟੇਬਲ ਪ੍ਰਾਈਸ ਨੇ, 8-8 ਪਾਉਂਡ ਦੇ ਦੁਪੱਟੇ ਸਾਰੇ 550 ਨੇ, 550 5 ਪਾਉਂਡ 5 ਪਾਉਂਡ ਜੀ, ਮਾਸ਼ਾਅੱਲਾ ਜੀ, ਵੇਖ ਲਓ ਜੀ ਵਧੀਆ ਵਧੀਆ ਆਫਰ ਹੈ ਜੀ, ਐਸੇ ਚ ਹੋਰ ਕਾਫੀ ਸਾਰੇ ਕਲਰ ਤੇ ਹੋਰ ਕਾਫੀ ਸਾਰੇ ਵੈਰਾਈਟੀ ਨੇ, ਵੈਰਾਈਟੀ ਖੁੱਲੀ ਪਾਈ ਉਹਨਾਂ ਰੱਖੀ ਹੈ, ਤੁਸੀਂ ਆਓਗੇ ਤੇ ਤੁਹਾਨੂੰ ਪਤਾ ਲੱਗੇਗਾ ਤੇ ਸਾਰੇ ਰੈਡੀਮੇਡ ਐਵੇਂ ਕੁਝ ਸਪੈਸ਼ਲ ਆਫਰ, ਇਸ ਸੂਟ ਸਿਰਫ 7 ਪਾਉਂਡ ਦਾ, 7 ਪਾਉਂਡ ਦਾ, ਸਿਰਫ 7 ਪਾਉਂਡ, ਇਹ ਵੇਖ ਲਓ ਜੀ ਕਿੰਨਾ ਜਿਹਾ ਸੂਟ ਲੱਗਾ ਸਾਹਮਣੇ ਹੈ ਜੀ, ਸਿਰਫ 7 ਪਾਉਂਡ, 7 ਪਾਉਂਡ, ਜ਼ਬਰਦਸਤ। ਚਲੋ ਦੁਕਾਨ ਦੇ ਅੰਦਰ ਚੱਲਦੇ ਹਾਂ, ਵੇਖਦੇ ਹਾਂ ਇੱਥੇ ਕਿਹੜੀ ਕਿਹੜੀ ਆਫਰਾਂ ਲੱਗੀਆਂ ਨੇ। ਆ ਜੀ ਇਹ ਦੇਖੋ ਸਪੈਸ਼ਲ ਆਫਰ, ਲੇਕਿਨ ਮੁਨੀਰਾ ਨੇ ਜੀ ਜੀ ਪੰਜੀ ਵਾਲੇ ਸਿਰਫ ਓਨਲੀ 15 ਪਾਉਂਡ, ਓਨਲੀ 15 ਪਾਉਂਡ ਦੇ, ਓਨਲੀ 15 ਸਪੈਸ਼ਲ, 15-15 ਪਾਉਂਡ ਨੇ, ਇਹ ਦੇਖੋ ਨੇ ਜੀ ਮਾਸ਼ਾਅੱਲਾ, ਦੇ 35-35 ਵਾਲੇ ਸਾਰੇ 15-15 ਪਾਉਂਡ ਨੇ, ਅੱਛਾ 15-15 ਪਾਉਂਡ ਦੇ ਸੂਟ ਲਾਏ, 15 ਪਾਉਂਡ, ਵਾਹ ਜੀ ਵਾਹ, ਵੇਖ ਲਓ ਹੋਲਸੇਲ ਪ੍ਰਾਈਸ ਤੋਂ ਵੀ ਲੈਸ ਪ੍ਰਾਈਸ ਨੇ ਮਾਸ਼ਾਅੱਲਾ, ਲੈ ਲਓ ਜੀ 15-15 ਪਾਉਂਡ, 15-15 ਪਾਉਂਡ ਸਾਰੇ, ਦੇਖੋ ਜੀ ਨਵੇਂ ਨਵੇਂ ਸੂਟ ਪਾਈ ਹੋਣ ਲਾ ਜੀ, ਤਾਂ ਨਹੀਂ 15-15 ਪਾਉਂਡ ਦੇ, ਇਹ ਵੇਖੋ ਜੀ ਸਪੈਸ਼ਲ ਆਫਰ ਦੇ ਨੇ, ਇਹ ਜੀ ਜੀ ਇਹ ਹੋਂ ਮੇਲਾ ਸਨ, ਸਿਰਫ ਇਹ 20 ਪਾਉਂਡ ਦੁਪੱਟੇ ਸਮੇਤ, ਸਿਰਫ 20 ਪਾਉਂਡ, 20 ਪਾਉਂਡ ਇਸ ਦਾ, ਦੋ ਦੁਪੱਟੇ ਨੇ ਮਾਸ਼ਾਅੱਲਾ ਜੀ, ਆ ਜੀ ਆਪਕੋ ਮੈਂ ਔਰ ਨਏ ਡਿਜ਼ਾਈਨ ਦਿਖਾਤੇ ਹੈਂ, ਦੇਖੇ ਸਪੈਸ਼ਲ ਆਫਰ, ਇਹ ਵੀ ਮੁਨੀਰਾ ਕੇ ਹੈ, 15-15 ਪਾਉਂਡ, 15-15 ਪਾਉਂਡ, 15-15 ਇਸ ਚ, ਇਹ ਫਿਰ ਜਿਹੜੇ ਨੇ ਐਮਬਰੋਇਡਰੀ ਵਾਲੇ ਸੂਟ ਨੇ ਬਹੁਤ ਨਾਈਸ, ਜਿਹੜੇ 5-5 ਪਾਉਂਡ, ਇਹ ਵੀ 15-15 ਪਾਉਂਡ ਦੇ, ਇਹਦਾ ਮਤਲਬ ਪੂਰੀ ਦੁਕਾਨ ਚ ਆਫਰ ਹੀ ਲਾਈਆਂ ਨੇ ਤੁਸੀਂ, ਸਪੈਸ਼ਲ ਆਫਰ, ਇਹ ਵੇਖੋ ਜੀ ਹੈਵੀ ਸੂਟ ਕਮਾਲਾ, ਵਾਹ ਜੀ ਵਾਹ, ਔਰਗੈਂਜ਼ਾ ਨੇ ਸਿਰ ਦੁਪੱਟੇ ਵੀ ਸੋਹਣਾ ਬਣਾਇਆ, ਇਹ ਵੀ 15-15 ਪਾਉਂਡ ਨੇ, ਇਹ ਵੇਖੋ ਇਹ ਵੀ ਮੁਨੀਰਾ ਦਾ ਸਪੈਸ਼ਲ ਆਫਰ, ਬਿਲਕੁਲ ਜੀ, ਇਹ ਜੋ ਦੋ ਪੀਸ ਵਾਲੇ ਜਿਹੜਾ ਨਾ ਸੂਟ, 10 ਪਾਉਂਡ ਇੱਕ ਤੇ 2 15 ਨੇ, 15 ਨੇ, 2 15 ਨੇ, ਤੇ ਮਾਸ਼ਾਅੱਲਾ ਬੱਚਿਆਂ ਦੀ ਵੈਰਾਈਟੀ ਵੀ ਹੈ ਤੁਹਾਡੇ ਕੋਲ, ਇਹ ਵੇਖੋ ਜੀ 35 ਵਾਲਾ ਸਿਰਫ 20 55 ਇਹ 15-15 ਪਾਉਂਡ ਸ਼ਰਾਰੇ ਵੇਖੋ, ਅੱਛਾ ਅੱਛਾ ਮਾਸ਼ਾਅੱਲਾ, ਇਹ ਲੋ ਪਲੇਨ ਵਿੱਚ 2 10 ਪਾਉਂਡ ਨੇ, ਦੋ ਸੂਟ 10 ਪਾਉਂਡ ਦੱਸਣੇ, ਇਹ ਦੇਖੋ ਜੀ ਬੱਚਿਆਂ ਦੇ 2 ਪਾਉਂਡ
ਦੋ ਸੂਟ 10 ਪਾਉਣ ਦੇ ਤੇ ਇਹ ਲੋ ਜੀ ਕੁਰਤੇ ਨੇ ਸਪੈਸ਼ਲ ਆਫਰ ਅਸਲ ਆਈ ਹੈ ਜੀ ਜੀ ਇਹ ਵੇਖੋ ਜੀ 2 ਪਾਉਣ ਕੁਰਤਾ ਮਾਸ਼ਾਅੱਲਾ ਅਨਬਲੀਵੇਬਲ ਪ੍ਰਾਈਸ 2 ਪਾਉਣ ਕੁਰਤਾ ਇਸ ਵਿੱਚ ਕਾਫੀ ਸਾਰੇ ਡਿਜ਼ਾਈਨ ਨੇ ਡਿਫਰੈਂਟ ਡਿਫਰੈਂਟ ਬਿਲਕੁਲ ਇਹ ਲੋ ਜੀ ਸਿਰਫ 2 ਪਾਉਣ ਦਾ 2 ਪਾਉਣ 2 ਪਾਉਣ ਦਾ ਕੁਰਤਾ 2 ਪਾਉਣ ਕੁਰਤਾ ਮਾਸ਼ਾਅੱਲਾ ਜੀ ਵੇਖ ਲਓ ਜੀ 2 ਪਾਉਣ ਦਾ ਕੀ ਲੱਗਦਾ ਹੈ ਪਾਈਵਰ ਕੁਰਤਾ ਦੇ 2 ਪਾਉਣ ਦਾ ਵੇਖੋ ਜੀ ਮਾਸ਼ਾਅੱਲਾ ਜ਼ਬਰਦਸਤ ਆਫਰ ਹੈ ਜੀ 2 ਪਾਉਣ ਦਾ ਕੁਰਤਾ ਸੂਰਜ ਬੁਟੀਕ ਚਾਚਾ ਪਲਾਜ਼ਾ ਚੋ 2 ਪਾਉਣ ਦੇ ਕੁਰਤੇ ਲੈ ਕੇ ਜਾਓ 2 ਪਾਉਣ ਦਾ ਕਿਵੇਂ ਲੱਭਦਾ ਨੇ ਕੁਝ ਵੀ ਨਹੀਂ ਲੱਭਦਾ ਵੇਖ ਲਓ ਜੀ ਦੁਕਾਨ ਇਹਨਾਂ ਕੋਲ ਬਹੁਤ ਜ਼ਿਆਦਾ ਮਾਲ ਪਿਆ ਭਰੀ ਹੈ ਦੁਕਾਨ ਤੁਸੀਂ ਆਓਗੇ ਤੁਹਾਨੂੰ ਵਧੀਆ ਵਧੀਆ ਜੀ ਚੀਜ਼ਾਂ ਮਿਲਣਗੀਆਂ ਇੱਥੇ ਇਹ ਵੇਖੋ ਨਾ ਜੀ ਰੰਗ ਬਰੰਗੇ ਸੂਟ ਨਹੀਂ ਡਰੈਸ ਵੀ ਲਾਏ ਨੇ ਜਿਹੜੇ 35 ਪਾਉਣ ਵਾਲੇ ਸਿਰਫ 20 ਪਾਉਣ ਦੇ 20 ਪਾਉਣ ਦੇ ਆਫਰਿੰਗ ਆਫਰ ਇੱਥੇ ਲੱਗੀਆਂ ਨੇ ਵੇਖ ਲਓ ਜੀ ਇੱਧਰ ਇਹ ਡਿਜ਼ਰਟ ਸ਼ਾਹ ਮਾਸ਼ਾਅੱਲਾ ਜੀ ਖਾਣ ਪੀਣ ਵਾਲੀਆਂ ਚੀਜ਼ਾਂ ਇਹਨਾਂ ਵੀ ਰੱਖੀਆਂ ਨੇ ਇੱਥੇ ਵਧੀਆ ਜੀਆਂ ਤੇ ਭਾਈ ਹੋਰ ਮਾਸ਼ਾਅੱਲਾ ਅੰਦਰ ਕੰਮ ਕਰ ਰਹੇ ਨੇ ਵੇਖ ਲਓ ਤੇ ਸਾਹਮਣੇ ਦੇਸੀ ਚੀਜ਼ਾਂ ਪਈਆਂ ਨੇ ਤੁਹਾਨੂੰ ਪਤਾ ਫਿਰ ਸ਼ਾਨਦਾਰ ਸਵੀਟਸ ਵਾਲਿਆਂ ਇੱਥੇ ਵੀ ਦੁਕਾਨ ਆਪਣੀ ਲੈ ਆਉਂਦੀ ਹੈ ਵੇਖ ਲਓ ਹਰ ਇੱਕ ਚੀਜ਼ ਪਾਕਿਸਤਾਨੀ ਨਾਲ ਰੱਖੀ ਇੱਥੇ ਇਹ ਦੇਖ ਲਓ ਜੀ ਅਲਸੀ ਪੰਜੀਰੀ ਵੀ ਨਾ ਰੱਖੀ ਹੈ ਬੜੀ ਵਧੀਆ ਜੀ ਉਹ ਕਹਿੰਦੇ ਨੇ ਹੈਲਥ ਵਾਸਤੇ ਵੀ ਚੰਗੀ ਹੈ ਅਤੇ ਇੱਧਰ ਨੋਰਮਲ ਪੰਜੀਰੀ ਵੀ ਪਈ ਹੈ ਜੀ ਵਧੀਆ ਜੇ ਕੰਮ ਅਤੇ ਸਲੱਸ਼ ਤਾਂ ਹੈ ਹੀ ਹੈ ਇੱਥੇ ਅਤੇ ਚਲੋ ਚੱਲਦੇ ਹਾਂ ਇੱਧਰ ਮਾਸ਼ਾਅੱਲਾ ਭਾਈ ਔਰ ਪਰਫਿਊਮ ਵੀ ਵੇਚ ਰਹੇ ਨੇ ਵਧੀਆ ਜੇ ਇਹ ਦੇਖ ਲਓ ਜੀ ਮਾਸ਼ਾਅੱਲਾ ਮਾਸ਼ਾਅੱਲਾ ਅਸਲਾਮ ਅਲੈਕੁਮ ਕੀ ਹਾਲ ਹੈ ਭਾਈ ਜਾਨ ਜੀ ਭਾਈ ਕੀ ਹਾਲ ਠੀਕ ਹੋ ਠੀਕ ਠਾਕ ਤੇ ਮਾਸ਼ਾਅੱਲਾ ਕਿਹੜੇ ਕਿਹੜੇ ਪਰਫਿਊਮ ਆਪਣੇ ਕੋਲ ਰੱਖੇ ਨੇ ਜਨਾਬ ਪਰਫਿਊਮ ਜਨਾਬ ਫਰਾਂਸ ਦੇ ਪਰਫਿਊਮ ਨੇ ਦੁਬਈ ਦੇ ਪਰਫਿਊਮ ਨੇ ਸੌਦੀਆ ਦੇ ਪਰਫਿਊਮ ਨੇ ਹਾਂਜੀ ਇਹ ਆਇਲ ਬੇਸ ਨੇ ਲੌਂਗ ਲਾਸਟਿੰਗ ਅੱਛਾ ਇਹ ਅਲਕੋਹਲ ਫ੍ਰੀ ਨੇ ਅਲਕੋਹਲ ਫ੍ਰੀ ਨੇ ਮਾਸ ਪਰ ਸਕਨੇ ਇਹਨਾਂ ਨਾਲ ਅੱਛਾ ਕੋਈ ਪ੍ਰੋਬਲਮ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਕੋਈ ਆ ਇੱਕ ਆ ਚੈੱਕ ਕਰਾਉਂ ਜਨਾਬ ਸਾਹਮਣੇ ਚੈੱਕ ਕਰੋ ਨਾ ਜਨਾਬ ਇਹ ਲਓ ਨੇ ਇੱਥੇ ਓਏ ਹਾਏ 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 ਮਾਸ਼ਾਅੱਲਾ ਬੜੀ ਵਧੀਆ ਜੀ ਖੁਸ਼ਬੂ ਆ ਰਹੀ ਹੈ ਤੇ ਕਿਹੜੀ ਪ੍ਰਾਈਸ ਰੇਂਜ ਦੇ ਨੇ ਪ੍ਰਾਈਸ 20 ਪਾਉਂਡ ਤੋਂ ਲੈ ਕੇ 40 ਪਾਉਂਡ ਤੱਕ ਜਿੰਨਾ ਗੁੜ ਪਾਓਗੇ ਉਤਨਾ ਮਿੱਠਾ ਹੋਏਗਾ ਜੀ ਗੁੜ ਪਾ ਲਓ ਮਿੱਠਾ ਕਰ ਲਓ ਤੇ ਤੁਸੀਂ ਹਰ ਟਾਈਮ ਇੱਥੇ ਹੀ ਹੁੰਦੇ ਹੋ ਪਲਾਜ਼ਾ ਮੈਂ ਇੱਥੇ ਹੁੰਦੇ 6 ਦਿਨ ਦੁਕਾਨ 6 ਦਿਨ ਇੱਥੇ ਹੀ 6 ਦਿਨ ਜੁਮੇ ਨੂੰ ਬੰਦ ਹੁੰਦੀ ਹੈ ਜੁਮੇ ਨੂੰ ਬੰਦ ਹੁੰਦੇ ਹੋ ਤੇ ਇਹਦਾ ਮਤਲਬ ਇਹ ਪਰਫਿਊਮ ਲੈਣ ਵਾਸਤੇ ਹੋਰ ਕਿਧਰ ਜਾਣ ਦੀ ਲੋੜ ਕੋਈ ਨਹੀਂ ਜਾਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਚਾਚਾ ਪਲਾਜ਼ਾ ਸ਼ਾਪਿੰਗ ਕਰੋ ਲੌਂਗ ਲਾਸਟਿੰਗ 2 ਟੂ 3 ਡੇਜ਼ ਜੇ ਸਨਾਮ ਹੀ ਲੈਣਾ ਹੋਵੇ ਖਾਲੀ ਟੈਸਟ ਕਰਕੇ ਚੱਲੇ ਫ੍ਰੀ ਟੈਸਟਿੰਗ ਹਾਂਜੀ ਉਹਦੇ ਕੋਈ ਪੈਸੇ ਨਹੀਂ ਹੈ ਘਰੋਂ ਪਰਫਿਊਮ ਲਾ ਕੇ ਆਉਣ ਦੀ ਲੋੜ ਕੋਈ ਨਹੀਂ ਭਾਈ ਹੋਰਾਂ ਫ੍ਰੀ ਵਾਲੇ ਰੱਖੇ ਨੇ ਲਾ ਕੇ ਟੁਰ ਜਾਓ ਭਾਵੇਂ ਨਾ ਲਿਓ ਨਾਰਾਜ਼ ਨਹੀਂ ਹੁੰਦੇ ਭਾਈ ਹੋਰ ਪਰਫਿਊਮ ਲਾ ਵੀ ਕਿਤੇ ਇਹ ਵੇਖੋ ਮਾਸ਼ਾਅੱਲਾ ਭਾਈ ਹੋਰਾਂ ਕਿੰਨੇ ਸੋਹਣੇ ਸੋਹਣੇ ਪਰਫਿਊਮ ਰੱਖੇ ਨੇ ਜੀ ਕੀਮਤ ਹੀ ਮਾਸ਼ਾਅੱਲਾ ਬੜੀ ਮੁਨਾਸਬ ਹੈ ਵੇਖੋ ਤੇ ਭਾਈ ਹੋਰ ਇੱਥੇ ਹੀ ਹੋਣਗੇ ਤੇ ਵਧੀਆ ਜੇ ਤੁਹਾਨੂੰ ਪਰਫਿਊਮ ਦੇਣਗੇ ਤੁਹਾਡੀ ਕੋਈ ਦੁਕਾਨ ਵੀ ਹੈ ਸਾਡੀ ਦੁਕਾਨ ਐਮੀਰੇਟਸ ਫ੍ਰੈਗਰੈਂਸਿਸ ਥੱਲੇ ਸਾਈਨ ਬੋਰਡ ਲੱਗਿਆ ਹੋਇਆ ਤੁਸੀਂ ਇਹਨਾਂ ਨੂੰ ਪੁਆਇੰਟ ਆਊਟ ਕਰਦੇ ਹੋ ਸਾਡੀ ਦੋ ਦੁਕਾਨਾਂ ਬ੍ਰੈਡਫੋਰਡ ਨੇ ਦੋ ਦੁਕਾਨਾਂ ਲੀਡਸ ਨੇ ਲੀਡਸ ਨੇ ਅਗਰ ਕੋਈ ਬੰਦਾ ਰਾਬਤਾ ਕਰਨਾ ਚਾਹੇ ਕੋਈ ਫੋਨ ਨੰਬਰ ਅਗਰ ਤੁਸੀਂ 0744660362 ਬਿਲਕੁਲ ਆਉਣ ਤੋਂ ਪਹਿਲੇ ਭਾਈ ਉਹਨਾਂ ਨਾਲ ਰਾਬਤਾ ਵੀ ਕਰ ਸਕਦੇ ਹੋ ਕਿਹੜੇ ਕਿਹੜੇ ਪਰਫਿਊਮ ਇਹਨਾਂ ਕੋਲ ਲੈਣੇ ਕਿਹੜੇ ਕਿਹੜੇ ਮਿਲ ਜਾਣਗੇ ਤੁਹਾਨੂੰ ਡਿਲੀਵਰੀ ਤਾਂ ਨਹੀਂ ਕਰਦੇ ਅਜੇ ਫ੍ਰੀ ਪੋਸਟੇਜ ਸਾਡੀ ਵੈਬਸਾਈਟ ਵੀ ਹੈ ਅੱਛਾ ਫ੍ਰੀ ਪੋਸਟੇਜ ਵੀ ਕਰਦੇ ਹੋ www.amiratesfragrances.com ਮਾਸ਼ਾਅੱਲਾ ਵੇਖ ਲਓ ਜੀ ਸਾਰਾ ਕੰਮ ਹੀ ਆਸਾਨ ਕਰ ਦਿੱਤਾ ਭਾਈ ਹੋਰਾਂ ਤੇ ਸੋਹਣੇ ਸੋਹਣੇ ਜਿਹੇ ਪਰਫਿਊਮ ਮਾਸ਼ਾਅੱਲਾ ਵੇਖ ਲਓ ਚਾਚਾ ਪਲਾਜ਼ਾ ਦੇ ਅੰਦਰ ਤੇ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਏਗੀ ਵੇਖ ਲਓ ਕਿੰਨੇ ਸੋਹਣੇ ਸੋਹਣੇ ਲੱਗੇ ਨੇ ਇਹ ਤੁਸੀਂ ਆਓਗੇ ਤੇ ਤੁਹਾਨੂੰ ਪਤਾ ਨਾਲ ਭਾਈ ਜੀ ਕੋਈ ਘੜੀਆਂ ਛੜੀਆਂ ਵੀ ਰੱਖੀਆਂ ਨੇ ਨਾਲ ਇਹ ਘੜੀਆਂ ਵੀ ਆਏ ਨੇ ਅਗਰ ਕੋਈ ਦਿਲ ਕਰਵੇ ਟਾਈਮ ਤੱਕਣੇ ਤੇ ਅੱਛਾ ਵਿਖਾਓ ਨੇ ਗੱਲ ਸੋਹਣੀ ਜੀ ਘੜੀ ਦੇਖੋ ਨਾ ਆਏ ਆ ਵੇਖੋ ਨੀ ਜੀ ਚਮਕਣੀ ਦਮਕਣੀ ਆਏ ਤਾਂ ਕੀਮਤ ਵੀ ਚਮਕ ਦਮਕ ਵਾਲੀ ਹੈ ਜਾਂ ਸਸਤੀ ਲਾਈ 40 ਪਾਉਂਡ ਸਿਰਫ 40 ਪਾਉਂਡ ਦੀ 40 ਪਾਉਂਡ ਅੱਜ ਕੱਲ ਟਾਈਮ ਨਾ ਹੀ ਵੇਖੋ ਨਾ ਖਾਲੀ ਡੈਕੋਰੇਸ਼ਨ ਵਾਸਤੇ ਸ਼ੋਅ ਖਾਲੀ ਲੱਗਦਾ ਘੜੀ ਨਾ ਪਾਈ ਹੋਵੇ ਆਏ ਹੱਥ ਖਾਲੀ ਖਾਲੀ ਲੱਗਦਾ ਜੀ ਜੀ ਭਾਈ ਯਾਰ ਵੇਖ ਲਓ ਘੜੀਆਂ ਵੀ ਰੱਖੀਆਂ ਨੇ ਮਾਸ਼ਾਅੱਲਾ ਹੋਰ ਵੀ ਹੈ ਤੁਹਾਡੇ ਕੋਲ ਜੀ ਜੀ ਇਹ ਵੇਖ ਲਓ ਹੋਰ ਜਨਰਲ ਵੀ ਨੇ ਬਖੂਰ ਵੀ ਹੈ ਮਾਸ਼ਾਅੱਲਾ ਜੀ ਹਰ ਇੱਕ ਚੀਜ਼ ਆ ਗਈ ਚਾਚਾ ਪਲਾਜ਼ਾ ਦੇ ਅੰਦਰ ਤੁਹਾਨੂੰ ਹੋਰ ਕਿਧਰੇ ਜਾਣ ਦੀ ਲੋੜ ਹੀ ਕੋਈ ਨਹੀਂ ਚਲੋ ਜੀ ਲਓ ਜੀ ਹੁਣ ਚੱਲਦੇ ਆਂ ਜੀ ਕਾਇਮ ਬੁਟੀਕ ਵਾਲਿਆਂ ਕੋਲ ਵੇਖਦੇ ਇਹਨਾਂ ਕੋਲ ਕਿਹੜੀ ਕਿਹੜੀ ਆਫਰ ਲੱਗੀ ਹੈ ਤੇ ਮਾਸ਼ਾਅੱਲਾ ਇਹਨਾਂ ਵੀ ਸੋਹਣੇ ਸੋਹਣੇ ਸੂਟ ਲੈ ਆਂਦੇ ਨੇ ਬਾਹਰ ਹੈ ਜੀ ਬਾਹਰ ਸਾਇਨ ਸੇਲ ਦਾ ਵੀ ਲੱਗਾ ਹੈ ਚਲੋ ਅੰਦਰ ਹੀ ਚੱਲਦੇ ਆਂ
ਸਲਾਮ ਅਲੈਕੁਮ ਭਾਈ ਜਾਨ। ਵਾਲੇਕੁਮ ਸਲਾਮ ਸਰ, ਕੀ ਹਾਲ ਹੈ? ਹਾਲ ਹੈ ਜਨਾਬ, ਠੀਕ ਹੋ? ਖੈਰੀਅਤ? ਅਲਹਮਦੁਲਿਲਾ, ਤੁਸੀਂ ਸੁਣਾਓ ਜਨਾਬ? ਅਲਹਮਦੁਲਿਲਾ ਅਲਹਮਦੁਲਿਲਾ। ਤੇ ਮਾਸ਼ਾਅੱਲਾ ਕੋਈ ਨਵੀਂ ਵੈਰਾਈਟੀ ਲਿਆਂਦੀ ਹੈ ਆਪਣਾ ਇੱਥੇ? ਜੀ ਅਲਹਮਦੁਲਿਲਾ ਜੀ, ਆਫਰਾਂ ਲੱਗੀਆਂ ਨੇ ਆਪਣੀ ਤਰਫੋਂ ਲਾਈ ਹੈ ਨਾ ਜੀ ਜੀ। ਹਰ ਸੰਡੇ ਨੀ ਸੰਡੇ ਕੁਰੰਦਾਜ਼ੀ ਹੋ ਸੀ ਹਾਂਜੀ, ਉਸਨੇ ਵੀ ਤੁਹਾਨੂੰ ਦੇਣਗੇ ਸੋਨੇ ਦੀ ਅੰਗੂਠੀ ਜੀ ਆ। ਉਸਨੇ 50 ਪੌਂਡ ਦੀ ਸ਼ਾਪਿੰਗ ਕਰਨੀ ਹੈ, ਉਸਨੇ ਵੀ ਤੁਹਾਨੂੰ ਉਹ ਸੋਨੇ ਦੀ ਅੰਗੂਠੀ ਦੀ ਕੁਰੰਦਾਜ਼ੀ ਹੋ ਸੀ ਹਰ ਸੰਡੇ ਇੱਥੇ ਕੁਰੰਦਾਜ਼ੀ ਹੋ ਸੀ। ਠੀਕ ਹੈ, ਬਿਹਤਰੀਨ। ਸਭ ਤੋਂ ਪਹਿਲੇ ਬੜੀ ਆਫਰ ਚਾਚਾ ਪਲਾਜ਼ੇ ਦੀ ਤਰਫੋਂ ਹੈ। ਬਿਲਕੁਲ ਠੀਕ ਹੈ। ਬਕਾਇਆ ਤੁਹਾਡੀ ਆਫਰ ਕਿਹੜੀ ਹੈ ਜਨਾਬ? ਮੇਰੀ ਆਫਰ ਇਹ ਹੈ ਜਨਾਬ, ਮੈਂ ਬੱਚਿਆਂ ਦਾ ਲਾਇਆ ਮਾਲ 5 ਪੌਂਡ ਦਾ। 5 ਪੌਂਡ ਦਾ? 5 ਪੌਂਡ ਦਾ, ਸਿਰਫ 5 ਪੌਂਡ? 5 ਪੌਂਡ ਵਿੱਚ। ਠੀਕ ਹੈ, ਬੱਚਿਆਂ ਨੇ ਆਓ ਲਵੋ ਅੱਛੇ ਗਰਮੀਆਂ ਦੇ ਕੱਪੜੇ 5 ਪੌਂਡ ਵਿੱਚ। ਬਿਲਕੁਲ, ਹੁਣ ਗਰਮੀ ਆਉਣ ਵਾਲੀ, ਹੁਣ ਤਾਂ ਕੱਪੜੇ ਚਾਹੀਦੇ ਨੇ ਵਧੀਆ ਜੇ। ਜੀ ਜਨਾਬ। ਉਸ ਤੋਂ ਬਾਅਦ ਇਹ ਮੇਰੀ 10 ਪੌਂਡ ਦੀ ਆਫਰ ਹੈ ਜੀ ਜੀ। ਠੀਕ ਹੈ, ਇਹ ਅਲਹਮਦੁਲਿਲਾ ਮੇਰੀ ਕਾਫੀ ਰਨਿੰਗ ਹੈ, ਤਾਂ ਆਪਣੇ ਜਿਹੜੇ ਭੈਣ ਭਰਾ ਆਉਣ 10 ਪੌਂਡ ਵਿੱਚ ਲਵਾਉਣ ਜਨਾਬ। ਇਹ ਵੇਖੋ ਨੇ ਕਿੰਨਾ ਸੋਹਣਾ ਜਿਹਾ ਸੂਟ, 3 ਪੀਸ 10 ਪੌਂਡ। ਜੀ ਜੀ ਜੀ, 10 ਪੌਂਡ ਵਿੱਚ। ਤੇ ਮਾਸ਼ਾਅੱਲਾ ਵੇਖੋ ਇਧਰ ਵੀ ਭਾਈ ਹੋਰਾਂ ਸੂਟ ਕਿੰਨਾ ਸੋਹਣਾ ਜਿਹਾ ਡਿਸਪਲੇ 'ਚ ਲਾਇਆ ਜੀ ਭਾਈ ਜਾਨ। 12.5 ਪੌਂਡ ਦਾ ਸੂਟ ਹੈ ਜਨਾਬ ਜੀ ਜੀ। ਠੀਕ ਹੈ, 3 ਪੀਸ ਹੈ, 5 ਕਲਰ ਨੇ ਇਸਨੇ ਚ, ਪੰਜੀਆਂ ਨੇ 2 ਜੀ। ਉਸ ਤੋਂ ਬਾਅਦ ਜਨਾਬ ਇਹ ਸ਼ਰਾਰੇ ਨੇ, ਅੱਛਾ, 3 ਕਲਰ ਨੇ ਜੀ ਜੀ। 20 ਪੌਂਡ ਨਾਲ ਮਿਲ ਸੀ ਸ਼ਰਾਰਾ, ਕਿੰਨੇ ਦਾ ਜੀ? 2-3 ਕਲਰ, 3 ਕਲਰ, 20 ਪੌਂਡ ਨੇ ਜਨਾਬ, ਸ਼ਰਾਰਾ ਸ਼ਾਦੀਆਂ ਵਾਸਤੇ। ਵੇਖ ਲਓ ਜੀ ਕਿੰਨੇ ਸੋਹਣੇ ਜੇ ਸ਼ਰਾਰੇ ਟੰਗੇ ਨੇ ਜੀ, ਰੰਗ ਫਰੰਗੇ। 20 ਪੌਂਡ ਚ, 20 ਪੌਂਡ ਚ ਭਾਈ ਹੋਰ ਕਹਿ ਰਹੇ ਨੇ ਜੀ ਸ਼ਰਾਰੇ ਜੀ। ਉਸ ਤੋਂ ਬਾਅਦ ਮੇਰੇ ਕੋਲ ਅਨਸਟਿਚ ਸੂਟ ਹੈ ਜੀ ਜੀ ਜੀ। ਇਹ ਜਨਾਬ ਤੁਹਾਨੂੰ ਕਿੰਨੇ ਮਿਲਣ ਦਾ ਰੇਟ ਇੱਥੇ ਮਿਲ ਸੀ? ਅੱਛਾ, 20 ਪੌਂਡ ਦਾ, ਸਿਰਫ 20 ਪੌਂਡ। ਇਹ 4-5 ਪੀਸ ਹੈ ਜੀ ਜੀ। ਠੀਕ ਹੈ, 20 ਪੌਂਡ ਵਿੱਚ, 20 ਪੌਂਡ, 15-16 ਡਿਜ਼ਾਈਨ ਹਨ। ਅੱਛਾ, 15-16। ਉਸ ਤੋਂ ਬਾਅਦ ਇੱਕ ਔਰਗੈਂਜ਼ਾ ਨਾ ਅਨਸਟਿਚ ਸੂਟ ਹੈ ਜੀ ਜੀ। ਇਹ ਤੁਸਾਂ ਕੀ ਮਿਲ ਸੀ? 12 ਪੌਂਡ ਦਾ। ਅੱਛਾ, 12 ਪੌਂਡ, 12 ਪੌਂਡ ਵਿੱਚ। ਇਹਦਾ ਮਤਲਬ ਪੂਰੀਆਂ ਆਫਰ ਹੀ ਲਾਈਆਂ ਨੇ ਪੂਰੀ ਦੁਕਾਨ। ਅਲਹਮਦੁਲਿਲਾ ਅਲਹਮਦੁਲਿਲਾ। ਉਸ ਤੋਂ ਬਾਅਦ ਇਹ ਦੇਖੋ ਜੀ ਜੀ, ਇਹ ਸਾਰੇ ਕੋ ਮੈਕਸੀ ਹੈ ਜੀ ਜੀ। ਠੀਕ ਹੈ, 3 ਪੀਸ ਹੈ, 4 ਕਲਰ ਹਨ ਜੀ ਜੀ। ਇਹ ਤੁਹਾਨੂੰ ਮਿਲ ਸੀ 20 ਪੌਂਡ ਵਿੱਚ, 20 ਪੌਂਡ ਚ। ਇਹ ਦੇਖੋ ਸ਼ਾਦੀਆਂ ਵਾਸਤੇ ਮੈਂ ਭਾਈ ਨੇ ਦੌਰ ਵਿੱਚ ਅਸਾਂ ਚੀਪ ਪ੍ਰਾਈਜ਼ਾਂ ਲਾਈਆਂ। ਮਾਸ਼ਾਅੱਲਾ ਬੜੀ ਵਧੀਆ ਜੀ ਆਫਰ ਹੈ, ਤੇ ਇੱਕ ਸੂਟ ਹੀ ਮਾਸ਼ਾਅੱਲਾ ਬੜਾ ਵਧੀਆ ਜਿਹਾ ਲੱਗ ਰਿਹਾ ਜੀ। ਇਸੇ 3 ਕਲਰ ਹੈ ਜਨਾਬ, 1-2-3 ਕਲਰ। ਅੱਛਾ, 1-2-3 ਕਲਰ, ਮਾਸ਼ਾਅੱਲਾ। ਉਸ ਤੋਂ ਬਾਅਦ ਜਨਾਬ ਇੱਕ ਮੈਂ ਆਫਰ ਕੱਢੀ ਹੈ ਜੀ ਜੀ। ਮੇਰੇ ਕੋਲ ਇੱਕ ਰੰਗ ਦਾ ਮਾਲ ਆਇਆ, ਤਕਰੀਬਨ ਕੋਈ ਕਾਫੀ ਸਾਰਾ ਮਾਲ ਹੈ ਜੀ ਜੀ। ਇਸ ਤਾਂ ਕੀ ਦੇਸਾ 7 ਪੌਂਡ ਦਾ ਸੂਟ, 7 ਪੌਂਡ ਦਾ ਸੂਟ, 7 ਪੌਂਡ ਦਾ ਸੂਟ ਜੀ, ਸਮਾਲ ਮੀਡੀਅਮ ਲਾਰਜ। ਅੱਛਾ, 7 ਪੌਂਡ ਦਾ ਸੂਟ ਭਾਈ ਦੇ, 7 ਪੌਂਡ ਦਾ ਸੂਟ ਜੀ। ਇਹ 2 ਪੀਸ ਹੈ, 3 ਪੀਸ? 3 ਪੀਸ ਜਨਾਬ। ਇਹ ਸੂਟ ਚੈੱਕ ਕਰੋ, ਮਾਸ਼ਾਅੱਲਾ ਵੇਖੋ ਨੇ ਜੀ, ਬੇਤਹਾਸ਼ਾ ਵਿਕ ਰਿਹਾ ਜਨਾਬ। ਸਿਰਫ 7 ਪੌਂਡ ਪ੍ਰਾਈਸ, 7 ਪੌਂਡ ਜੀ, ਮਾਸ਼ਾਅੱਲਾ ਜੀ, ਅਨਬੀਟੇਬਲ ਪ੍ਰਾਈਸ। ਅੱਛਾ ਠੀਕ ਹੈ, ਪੈਜ ਲੱਗਿਆ ਟ੍ਰੋਜ਼ਰ ਕੀ ਜੀ ਜੀ, 7 ਪੌਂਡ ਦਾ ਸੂਟ ਜਨਾਬ, ਮਾਸ਼ਾਅੱਲਾ ਜੀ। 7 ਪੌਂਡ ਨਾ ਆਓ ਚਾਚਾ ਪਲਾਜ਼ੇ ਚ ਲੁੱਟ ਕੇ ਲੈ ਜਾਓ, ਲਿਮਿਟਡ ਮਾਲ ਹੈ, ਹਾਏ ਲਿਮਿਟਡ, ਖਤਮ ਹੋ ਜਾ ਸੀ ਮਾਲ, ਫਿਰ ਤੁਸੀਂ ਜਨਾਬ ਯਾਦ ਕਰਨਾ ਹੈ ਪਲਾਜ਼ਾ ਜੀ ਜੀ। ਠੀਕ ਹੈ, ਇਹ 20 ਪੌਂਡ ਚ ਕਰ ਛੋੜੇ। ਅੱਛਾ, 20 ਪੌਂਡ ਚ ਕਰ ਛੋੜੇ, ਮਾਸ਼ਾਅੱਲਾ ਜੀ। ਡਿਜ਼ਾਈਨਿੰਗ ਦੇਖ, ਚੈੱਕ ਕਰੋ ਦੁਪੱਟੇ ਨਾਲੇ ਅੱਛੇ ਬਣੇ। ਵਾਹ ਜੀ ਵਾਹ, ਕਿੰਨੇ ਸੋਹਣੇ ਸੋਹਣੇ ਦੁਪੱਟੇ ਆ ਰਹੇ ਮੈਕਸੀਆਂ ਜੀ ਜੀ। ਠੀਕ ਹੈ ਜੀ, ਇਹ ਤੁਹਾਨੂੰ ਸਿਰਫ 18 ਪੌਂਡ ਦੀਆਂ ਮਿਲਣਗੀਆਂ, ਸਿਰਫ 18 ਪੌਂਡ ਦੀਆਂ। ਇਹ ਸ਼ਾਦੀਆਂ ਵਾਸਤੇ ਜਨਾਬ ਲੈ ਕੇ ਜਾਓ, ਬਿਹਤਰੀਨ। ਬਿਲਕੁਲ, ਹੁਣ ਚੱਲਦੇ ਆ ਅਸੀਂ ਬਿਡਾਜ਼ਟ ਕਲੈਕਸ਼ਨ ਵਾਲਿਆਂ ਕੋਲ, ਵੇਖਦੇ ਆਂ ਜੀ ਇਹਨਾਂ ਕੋਲ ਕਿਹੜੇ ਕਿਹੜੇ ਸੂਟ ਲੱਗੇ ਨੇ। ਤੇ ਮਾਸ਼ਾਅੱਲਾ ਬਾਹਰ ਵਿੰਡੇ 'ਚ ਤੇ ਵੇਖ ਲਓ ਕਿੰਨੇ ਸੋਹਣੇ ਸੋਹਣੇ ਸ਼ਾਦੀਆਂ ਵਾਸਤੇ ਸੂਟ ਹੈ ਜੀ। ਵੇਖ ਲਓ ਜ਼ਬਰਦਸਤ ਜੀ ਵੈਰਾਈਟੀ ਆ ਗਈ, ਤੇ ਤੁਹਾਨੂੰ ਪਤਾ ਸ਼ਾਦੀਆਂ ਦੇ ਸੀਜ਼ਨ ਇਹੋ ਜਿਹੇ ਕੱਪੜੇ ਤਾਂ ਚਾਹੀਦੇ ਨੇ। ਤੇ ਮਾਸ਼ਾਅੱਲਾ ਵੇਖ ਲਓ ਸਾਹਮਣੇ ਦਰਵਾਜ਼ੇ 'ਚ ਮੈਚਿੰਗ ਸੂਟ ਹੈ ਜੀ। ਵਾਹ ਜੀ ਵਾਹ, ਤੇ ਮਾਸ਼ਾਅੱਲਾ ਭਾਈ ਹੋਰ ਸਾਹਮਣੇ। ਅਸਲਾਮ ਅਲੈਕੁਮ ਭਾਈ ਜਾਨ। ਵਾਲੇਕੁਮ ਅਸਲਾਮ ਭਾਈ, ਅਲਹਮਦੁਲਿਲਾ। ਤੁਸੀਂ ਸੁਣਾਓ ਜਨਾਬ, ਕੀ ਹਾਲ ਹੈ? ਅਲਹਮਦੁਲਿਲਾ ਸਭ ਠੀਕ ਠਾਕ, ਤੁਸੀਂ ਠੀਕ ਹੋ? ਅਲਹਮਦੁਲਿਲਾ ਜਨਾਬ, ਹੁਣ ਤੁਹਾਨੂੰ ਪਤਾ ਅੱਗੇ ਫਿਰ ਗਰਮੀ ਵੀ ਆਉਣ ਵਾਲੀ, ਸ਼ਾਦੀਆਂ ਦਾ ਸੀਜ਼ਨ ਆਉਣ ਵੀ ਆਉਣ ਵਾਲਾ, ਕੋਈ ਮਾਲ ਨਵਾਂ ਲਿਆਂਦਾ ਜਾਂ ਕੋਈ ਨਵੀਂ ਵੈਰਾਈਟੀ ਆਈ ਤੁਹਾਡੇ ਕੋਲ? ਜੀ ਤਨਵੀਰ ਭਾਈ, ਅਸੀਂ ਤਾਂ ਸ਼ਾਦੀਆਂ ਦਾ ਪੂਰਾ ਬੰਦੋਬਸਤ ਕੀਤਾ ਹੋਇਆ। ਅੱਛਾ, ਅਸੀਂ ਫੁੱਲ ਸਾਡੇ ਕੋਲ ਰੇਂਜ ਆਉਂਦੀ ਹੈ, ਮਦਰ ਡਾਟਰ, ਬ੍ਰਾਈਡਲ ਵੇਅਰ ਜੀ ਜੀ, ਮੇਕ ਟੂ ਮੇਜਰ, ਚੈੱਕ ਕਰੋ ਸਾਡੇ ਕੋਲ ਹਰ ਟਾਈਪ ਦਾ ਹੈ ਜੀ ਜੀ। ਮਦਰ ਡਾਟਰ ਲਗਾ ਹੋਇਆ। ਅੱਛਾ, ਇਹ ਮਦਰ ਡਾਟਰ ਹੈ? ਮਦਰ ਡਾਟਰ ਹੈ, ਕੋਈ ਵੀ ਚੈੱਕ ਕਰੋ ਕਿ ਫੁੱਲ ਮਦਰ ਡਾਟਰ ਵਿੱਚ ਪੂਰੀ ਰੇਂਜ ਸਾਡੇ ਕੋਲ ਹੈ। ਇਹ ਵੇਖੋ ਨਾ ਜੀ, ਮਾਸ਼ਾਅੱਲਾ ਜੀ, ਹੁਣ ਤਾਂ ਟੈਨਸ਼ਨ ਖਤਮ ਹੀ ਹੋ ਗਈ ਜੀ। ਮਦਰ ਡਾਟਰ ਦੇ ਦੋਵੇਂ ਸੂਟ ਲਿਓ, ਇੱਕੋ ਰੰਗ ਦੇ ਆ ਜੀ, ਤੇ
ਵਧੀਆ ਵਧੀਆ ਸੂਟ ਭਾਈ ਹੋਰਾਂ ਲਾ ਦਿੱਤੇ ਨੇ ਵੇਖੋ। ਤੇ ਆਪਣਾ ਕਿਹੜੀ ਕੀਮਤ ਚ ਸਟਾਰਟ ਹੁੰਦੇ ਨੇ ਤੁਹਾਡੇ ਕੋਲ ਜੀ ਸ਼ਾਦੀ ਵਿਆਹ ਵਾਲੇ ਸੂਟ? ਸਰ ਸਾਡੇ ਕੋਲ ਬੱਚਿਆਂ ਦੇ ਸਟਾਰਟ ਹੋ ਰਹੇ 35 ਤੋਂ। ਹਾਂਜੀ, ਆਲ ਦਾ ਵੇ ਡਿਪੈਂਡ ਕਿਸ ਟਾਈਪ ਦਾ ਤੁਹਾਨੂੰ ਚਾਹੀਦਾ ਹੈ। ਜੀ ਜੀ, ਅਸੀਂ ਮੈਕ ਟੂ ਮੈਜ਼ਰ ਹੀ ਕਰਦੇ ਹਾਂ, ਅਗਰ ਅਕਲ ਅਵੇਲੇਬਲ ਨਹੀਂ ਹੈ ਬਣਾ ਕੇ ਦਵਾਂਗੇ, ਸਾਈਜ਼ ਅਵੇਲੇਬਲ ਨਹੀਂ, ਐਨੀ ਸਾਈਜ਼ ਤੁਹਾਨੂੰ ਮਿਲ ਜਾ ਸੀ, ਕੋਈ ਵੀ ਸਾਈਜ਼ ਹੈ ਤੁਹਾਨੂੰ, ਕੋਈ ਵੀ ਸਾਈਜ਼, ਇਹਦਾ ਮਤਲਬ ਟੈਨਸ਼ਨ ਕਰਨ ਦੀ ਲੋੜ ਕੋਈ ਨਹੀਂ, ਅਗਰ ਨਾ ਹੋਵੇ ਤੁਸੀਂ ਬਣਵਾ ਕੇ ਵੀ ਦੇ ਸਕਦੇ ਹੋ, ਆ ਗਿਆ ਟੈਨਸ਼ਨ ਖਤਮ ਹੋ ਗਈ। ਹਾਂਜੀ ਬਿਲਕੁਲ, ਵੇਖੋ ਜੀ ਕਿੰਨੇ ਸੋਹਣੇ ਸੋਹਣੇ ਸੂਟ ਮਾਸ਼ਾਅੱਲਾ ਭਾਈ ਹੋਰਾਂ ਲਾ ਕੇ ਰੱਖੇ ਨੇ ਇੱਥੇ, ਇਹ ਦੇਖੋ ਜੀ ਵਰਾਇਟੀ ਪੂਰੀ ਇਸ ਦੁਕਾਨ ਦੇ ਅੰਦਰ ਮਾਸ਼ਾਅੱਲਾ, ਵੇਖੋ ਜੀ ਰੰਗ ਬਿਰੰਗੇ ਸੂਟ ਲੱਗੇ ਨੇ ਸੋਹਣੇ ਸੋਹਣੇ ਸ਼ਾਦੀ ਵਿਆਹ ਵਾਸਤੇ, ਅਤੇ ਇੱਧਰ ਵੀ ਮਾਸ਼ਾਅੱਲਾ ਡਿਸਪਲੇ 'ਤੇ ਕਿੰਨੇ ਸੋਹਣੇ ਜਿਹੇ ਸੂਟ ਲੱਗੇ ਨੇ ਜੀ, ਇਹ ਵੇਖੋ ਨਾ ਜੀ ਹਰ ਇੱਕ ਕੀਮਤ ਦਾ ਸੂਟ ਤੁਹਾਨੂੰ ਮਿਲ ਜਾਏਗਾ ਇੱਥੇ, ਛੋਟੀ ਕੀਮਤ ਲੈ ਕੇ ਵੱਡੀ ਕੀਮਤ ਆ ਕੀ ਹੁੰਦਾ, ਜਿਹੜਾ ਕਸਟਮਰ ਆਉਂਦੇ ਤਾਂ ਛੋਟੇ ਸਾਈਜ਼ ਨਹੀਂ ਤੁਹਾਨੂੰ ਮਿਲਦੇ। ਜੀ ਜੀ, ਅਸੀਂ ਨਿਊ ਬੋਰਨ ਤੋਂ ਲੈ ਕੇ ਨਾ, ਜੀ ਜੀ ਤੁਹਾਨੂੰ ਸਾਈਜ਼ ਚਾਹੀਦਾ, ਵੇਖੋ ਕਿੰਨਾ ਪਿਆਰਾ ਜਿਹਾ ਸਾਈਜ਼, ਆਏ ਹਾਏ ਆਹ ਵੇਖੋ ਜੀ ਛੋਟਾ ਜਿਹਾ ਸੂਟ, ਸਰ ਜੀ ਵੇਖੋ ਮਾਸ਼ਾਅੱਲਾ, ਬੱਚਿਆਂ ਦੀ ਵੀ ਟੈਨਸ਼ਨ ਖਤਮ ਹੋ ਗਈ ਹੁਣ ਤਾਂ, ਬੱਚਿਆਂ ਦੇ ਵੀ ਮਾਸ਼ਾਅੱਲਾ ਕਾਫੀ ਸੋਹਣੇ ਸੋਹਣੇ ਸੂਟ ਲੈ ਕੇ ਆ ਗਏ ਤੁਸੀਂ। ਇਸੇ ਵਿੱਚ ਸਾਡੀ ਮੈਂ ਤੁਹਾਨੂੰ ਵੱਡਾ ਚੈੱਕ ਕਰਾ ਦਿੰਦਾ, ਡਬਲ ਐਕਸ ਆ। ਜੀ ਜੀ, ਮੈਕ ਟੂ ਮੈਜ਼ਰ ਤੁਹਾਨੂੰ ਕੋਈ ਵੀ ਚਾਹੀਦਾ ਹੈ ਨਾ, ਮਤਲਬ ਦੱਸੋ ਸਾਡਾ ਐਗਜ਼ੈਕਟਲੀ ਸੇਮ ਹੁੰਦਾ। ਜੀ ਜੀ, ਐਸੀ ਚੈੱਕ ਕਰੋ ਸਰ ਜੀ, ਇਸ ਦੇ ਵਿੱਚ ਇਹ ਵੇਖੋ ਜੀ ਮਾਸ਼ਾਅੱਲਾ ਕੰਮ ਹੀ ਮੈਂ ਮਾਸ਼ਾਅੱਲਾ, ਵੇਖ ਲਓ ਕਿੰਨਾ ਜ਼ਬਰਦਸਤ ਜਿਹਾ ਹੋਇਆ ਵੇਖੋ। ਅਤੇ ਆਪਣਾ ਕਿਹੜੀ ਕੀਮਤ ਹੈ ਇਹਨਾਂ ਦੀ ਅਗਰ? ਸਰ ਇਹ 35 ਤੋਂ ਸਟਾਰਟ ਹੋ ਰਿਹਾ। ਅੱਛਾ, ਜਿਸ ਟਾਈਪ ਦਾ ਚਾਹੀਦਾ ਮਿਲ ਜਾਏਗਾ। ਅੱਛਾ, ਇਹ ਲਹਿੰਗਾ ਆ ਗਿਆ ਜੀ ਭਾਈ ਜੀ, ਆਪਣੀ ਮਰਜ਼ੀ ਦਾ ਤਿਆਰ ਕਰਾ ਸਕਦੇ ਹੋ, ਕੋਈ ਇਹਦੇ ਵਿੱਚ ਇਸ਼ੂ ਨਹੀਂ ਹੈ। ਜੀ ਜੀ, ਵੱਡਾ ਸਾਈਜ਼ ਚਾਹੀਦਾ, ਛੋਟਾ ਚਾਹੀਦਾ, ਕੰਮ ਜ਼ਿਆਦਾ ਕਰਨਾ, ਸ਼ਾਰਟ ਕੰਮ ਕਰਨਾ ਹੈ, ਕੁਛ ਵੀ। ਜੀ ਜੀ, ਤੁਸੀਂ ਵੇਖੋ ਇਸ ਤੋਂ ਇਹ ਆ ਗਿਆ ਸਰ ਜੀ ਤੁਹਾਡੇ ਕੋਲ, ਮੈਂ ਤੁਹਾਨੂੰ ਸਿਰਫ ਇੱਕ ਦੋ ਚੀਜ਼ਾਂ ਚੈੱਕ ਕਰਾ ਰਿਹਾ। ਜੀ ਜੀ, ਵਰਾਇਟੀ ਬਹੁਤ ਹੈ ਮਾਸ਼ਾਅੱਲਾ, ਦੁਕਾਨ ਭਰੀ ਹੈ ਜਨਾਬ, ਹਰ ਇੱਕ ਚੀਜ਼ ਤੁਸੀਂ ਰੱਖੀ ਇੱਥੇ। ਇਹ ਵੇਖੋ ਨਾ ਜੀ ਮਾਸ਼ਾਅੱਲਾ ਕਿੰਨਾ ਕਿਊਟ ਜਿਹਾ ਸੂਟ ਹੈ ਜੀ ਬੱਚੀ ਦਾ, ਵਾਹ ਜੀ ਵਾਹ, ਬੈਲਟ ਆ ਗਈ ਜਨਾਬ ਸਰ ਜੀ ਗਰਾਰੇ ਵਿੱਚ। ਅੱਛਾ ਗਰਾ, ਮਾਸ਼ਾਅੱਲਾ ਜੀ, ਛੋਟਾ ਜਿਹਾ ਦੁਪੱਟਾ ਸਰ ਜੀ ਮਾਸ਼ਾਅੱਲਾ, ਖੁਸਾ ਮਿਲ ਜਾਏ ਸੀ। ਅੱਛਾ, ਇਸ ਦੇ ਵਿੱਚ ਤੁਹਾਨੂੰ ਮਿਲ ਜਾਏ ਸੀ, ਐਸੀ ਖੁਸੇ ਵੇਖੋ ਸਾਡੀ ਮਾਸ਼ਾਅੱਲਾ ਵਰਾਇਟੀ 'ਚ, ਵੇਖੋ ਸਰ ਜੀ ਤੁਹਾਨੂੰ ਹਰ ਟਾਈਪ ਦਾ ਮਿਲ ਜਾਏ ਸੀ। ਅੱਛਾ, ਇਹ ਵੇਖੋ ਜੀ ਕਿੰਨੇ ਸੋਹਣੇ ਸੋਹਣੇ ਮਾਸ਼ਾਅੱਲਾ ਜੀ, ਮੈਚਿੰਗ ਸੂਟ ਦੇ ਨਾਲ ਹੈ ਜੀ, ਮੈਚਿੰਗ ਖੁਸੇ ਸਰ ਜੀ, ਵੇਖੋ ਤੁਸੀਂ ਬੱਚਿਆਂ ਦੀ ਟੈਨਸ਼ਨ ਖਤਮ, ਬੱਚਿਆਂ ਦੇ ਤੁਹਾਨੂੰ ਜਨਾਬ ਛੋਟੇ ਛੋਟੇ ਮਿਲ ਜਾਣਗੇ, ਕੁੰਦਨ ਖੁਸ਼ ਹੈ। ਵਾਹ ਜੀ ਵਾਹ ਮਾਸ਼ਾਅੱਲਾ, ਵੇਖ ਲਓ ਕਿੰਨੇ ਸੋਹਣੇ ਸੋਹਣੇ। ਆਪਣਾ ਕਿਹੜੀ ਕੀ ਪ੍ਰਾਈਸ ਰੇਂਜ ਤੋਂ ਤੁਹਾਡੇ ਕੋਲ ਸਟਾਰਟ ਹੁੰਦੇ ਨੇ? ਖੁਸਾ ਸਾਡਾ 10 ਪਾਉਂਡ ਤੋਂ ਸਟਾਰਟ ਹੋ ਰਿਹਾ। ਜੀ ਜੀ, ਇਹ ਕਰਕੇ ਸਰ ਜੀ ਦੇਵਾਂਗੇ, ਇਹ ਗੱਲ ਹੋਈ ਨਾ, ਤੁਸੀਂ ਸਾਰੀ ਟੈਨਸ਼ਨ ਹੀ ਖਤਮ ਕਰ ਦਿੱਤੀ ਹੈ ਜੀ, ਨਾਲ ਸੂਟ ਤੇ ਨਾਲ ਮੈਚਿੰਗ ਖੁਸੇ। ਸਰ ਜੀ ਕਸਟਮਰ ਦੀ ਟੈਨਸ਼ਨ ਸਾਰੀ ਟੈਨਸ਼ਨ ਹੈ। ਹਾਂ ਜੀ, ਇਹ ਦੇਖੋ ਨਾ ਮਾਸ਼ਾਅੱਲਾ ਕਿੰਨੇ ਸੋਹਣੇ ਸੋਹਣੇ ਖੁਸੇ ਲੱਗੇ ਨੇ ਜੀ ਸਰ ਜੀ, ਪ੍ਰੋਪਰ ਸੌਫਟ ਬਿਲਕੁਲ, ਉਹਦਾ ਪੈਰ ਵੀ ਨਹੀਂ ਖਰਾਬ ਕਰੇਗਾ ਤੇ ਮਾਸ਼ਾਅੱਲਾ ਸੋਹਣਾ ਵੀ ਲੱਗੇਗਾ ਜੀ। ਇਹ ਵੇਖੋ ਵਰਾਇਟੀ ਮਾਸ਼ਾਅੱਲਾ ਪੂਰੀ ਭਾਈ ਹੋਣਾ ਭਰ ਕੇ ਰੱਖੀ ਸਰ ਜੀ, ਵੇਖੋ ਸਾਡੇ ਕੋਲ ਹਰ ਟਾਈਪ ਦਾ ਇਅਰਿੰਗਸ ਤੁਹਾਨੂੰ ਮਿਲੇਗਾ। ਅੱਛਾ, ਵਿਦ ਟਿੱਕਾ ਵਿਦਆਊਟ ਟਿੱਕਾ? ਜੀ ਜੀ, ਕੁਝ ਵੀ ਚਾਹੀਦਾ ਹੈ ਬੱਚੇ ਤੋਂ ਲੈ ਕੇ ਸਰ ਜੀ ਹਰ ਟਾਈਪ ਦਾ ਤੁਹਾਨੂੰ ਮਿਲੇਗਾ, ਛੋਟੇ ਛੋਟੇ ਸਾਈਜ਼ ਚਾਹੀਦੇ ਨੇ, ਕੁੰਦਨ ਵਿੱਚ ਚੈੱਕ ਕਰੋ। ਇਹ ਵੇਖੋ ਨਾ ਜੀ ਮਾਸ਼ਾਅੱਲਾ ਜੀ, ਇਹ ਵੇਖੋ ਨਾ ਜੀ ਕਿੰਨੇ ਸੋਹਣੇ ਸੋਹਣੇ। ਅੱਛਾ, ਬੱਚੇ ਦੇ ਸਾਈਜ਼ ਦੇ ਵੀ ਆਏ ਨੇ, ਹਰ ਕਲਰ ਅਵੇਲੇਬਲ ਹੈ, ਹੈਡ ਪੀਸਿਸ, ਜੂਲਰੀ ਸੈਟਸ, ਕੁਝ ਵੀ ਚਾਹੀਦਾ ਹੈ। ਬਿਲਕੁਲ, ਕਿੰਨੇ ਸੋਹਣੇ ਸੋਹਣੇ ਨੈਕਲੈਸ ਲੱਗੇ ਨੇ ਜੀ। ਤੇ ਭਾਈ ਹੋਰ ਮਾਸ਼ਾਅੱਲਾ ਕੋਈ ਹੋਰ ਇੱਕ ਚੀਜ਼ ਵਿਖਾਉਣ ਲੱਗੇ ਨੇ ਭਾਜੀ, ਕਿਹੜੀ ਚੀਜ਼ ਹੈ? ਸਰ ਜੀ ਈਅਰਿੰਗਸ ਹੈ, ਫੈਂਸੀ ਵਾਲੇ ਕੋ ਤੁਹਾਨੂੰ ਚਾਹੀਦੇ ਨੇ, ਬਾਹੂਬਲੀ ਈਅਰਿੰਗ ਜਿਹਨੂੰ ਕਹਿੰਦੇ ਨੇ। ਅੱਛਾ, ਇਹਦੇ ਵਿੱਚ ਤੁਹਾਨੂੰ ਗੋਲਡ ਪੇਟੀ ਮਿਲ ਜਾਣਗੇ। ਜੀ ਜੀ, ਪਰਸ ਮਿਲ ਜਾਣਗੇ, ਨਾਰਮਲ ਮਿਲ ਜਾਣਗੇ, ਕਿਸ ਟਾਈਪ ਦਾ ਚਾਹੀਦਾ, ਹੇਅਰ ਅਸੈਸਰੀ ਸੈਪਰੇਟ ਮਿਲ ਜਾਏਗੇ। ਅੱਛਾ, ਤੇ ਇਹ ਵੀ ਹਰ ਟਾਈਮ ਤੁਹਾਡੇ ਕੋਲ ਅਵੇਲੇਬਲ ਹੁੰਦੇ ਨੇ? ਮੋਸਟ ਲਾਈਕਲੀ ਸਾਰੇ ਕਲਰ ਸਰ ਜੀ ਅਵੇਲੇਬਲ ਹੁੰਦੇ ਨੇ, ਜੇ ਨਹੀਂ ਆਰਡਰ ਤੇ ਤਿਆਰ ਹੋ ਜਾਣਗੇ। ਅੱਛਾ, ਆਰਡਰ ਤੇ ਵੀ ਤਿਆਰ ਹੋ ਜਾਣਗੇ। ਇਹ ਵੇਖੋ ਜੀ ਕਿੰਨੀ ਸੋਹਣੀ ਜਿਹੀ ਅੰਗੂਠੀ ਹੈ ਮਾਸ਼ਾਅੱਲਾ, ਵਾਹ ਜੀ ਵਾਹ, ਲਓ ਜੀ ਮਾਸ਼ਾਅੱਲਾ ਜੀ, ਵੇਖ ਲਓ ਜੀ। ਅਤੇ ਕਸਟਮਰ ਆਉਣ ਅਤੇ ਮਾਸ਼ਾਅੱਲਾ ਪਸੰਦ ਕਰਕੇ ਲੈ ਜਾਣਾ ਜੀ, ਇਹ ਵੇਖੋ
ਬਿਲਕੁਲ ਦੇਖੋ ਜੀ ਮਾਸ਼ਾਅੱਲਾ ਇਹ ਆਪਣਾ ਕਿਹੜੀ ਪ੍ਰਾਈਸ ਰੇਂਜ ਤੁਹਾਡੇ ਕੋਲ ਸ਼ੁਰੂ ਹੁੰਦੇ ਨੇ ਸਰ ਇਹ ਵਾਲਾ ਸਾਡੇ ਕੋਲ ਸਟਾਰਟ ਹੋ ਰਿਹਾ 35 ਤੋਂ ਜੀ ਜੀ ਤੇ ਬੱਚੇ ਦੇ 15-20 ਪਾਉਂਡ ਤੋਂ ਸਟਾਰਟ 20 ਪਾਉਂਡ ਡਿਪੈਂਡ ਕਿਸ ਟਾਈਪ ਦੇ ਜੀ ਜੀ ਬਾਕੀ ਵੇਖੋ ਤਾਂ ਜੀ ਵੇਸਕੋਟ ਸਾਡੇ ਕੋਲ ਸਾਰੇ ਪ੍ਰੋਪਰ ਟ੍ਰਾਊਜ਼ਰ ਸੂਟ ਜੀ ਜੀ ਸ਼ਲਵਾਰ ਕਮੀਜ਼ ਸਾਰੇ ਹੁੰਦੇ ਨੇ ਅੱਛਾ ਤੇ ਖੁਸਾ ਹੁੰਦੇ ਸਰ ਜੀ ਮੈਂਸ ਦਾ ਸਾਰੀ ਵੈਰਾਈਟੀ ਹੁੰਦੀ ਹੈ ਬਿਲਕੁਲ ਬਰੋਚੀਸ ਮਾਲਾ ਐਵਰੀਥਿੰਗ ਜੋ ਵੀ ਮਤਲਬ ਪਾਰਟੀ ਵਿੱਚ ਤੁਹਾਨੂੰ ਚਾਹੀਦਾ ਮਿਲ ਜਾਏਗਾ ਬਿਲਕੁਲ ਆ ਵੇਖੋ ਜੀ ਕਿੰਨੇ ਸੋਹਣੇ ਸੋਹਣੇ ਨਾਲ ਖੁਸੇ ਵੀ ਲੱਗੇ ਨੇ ਹਾਂ ਜੀ ਮੈਚਿੰਗ ਕਰਕੇ ਭਾਈ ਹੋਰਾਂ ਹਰ ਇੱਕ ਚੀਜ਼ ਰੱਖੀ ਹੈ ਕਿ ਤੁਹਾਨੂੰ ਵੀ ਚੂਜ਼ ਕਰਨ 'ਚ ਆਸਾਨੀ ਹੋਵੇ ਕਿਉਂ ਜੀ ਬਹੁਤ ਈਜ਼ੀ ਜੀ ਸਿਰਫ ਤੁਹਾਨੂੰ ਕਲਰ ਦੱਸੋ ਤੁਹਾਨੂੰ ਜਿਹੜਾ ਮਿਲੇ ਵੇਸਕੋਟ ਮਿਲੇਗਾ ਜੀ ਜੀ ਵੇਸਕੋਟ ਮਿਲੇਗਾ ਸ਼ੇਰਵਾਨੀ ਦੀ ਵੈਰਾਈਟੀ ਤੁਹਾਨੂੰ ਮਿਲ ਜਾਏਗੀ ਅੱਛਾ ਜੀ ਇਹ ਵੇਖੋ ਜੀ ਵੇਖ ਲਓ ਕਿੰਨੇ ਸੋਹਣੇ ਸੋਹਣੇ ਮਾਸ਼ਾਅੱਲਾ ਇੱਧਰ ਡਿਜ਼ਾਈਨਿੰਗ ਪੂਰੀ ਹੈ ਭਾਈ ਹੋਰਾਂ ਕੋਲ ਜੀ ਅਤੇ ਖੁਸੇ ਤੇ ਇਹ ਵੇਖ ਲਓ ਸਾਹਮਣੇ ਲੱਗੇ ਨੇ ਜਿਵੇਂ ਮਦਰ ਡਾਟਰ ਦੀ ਕਲੈਕਸ਼ਨ ਹੈ ਜੀ ਇੱਧਰ ਪਿਓ ਪੁੱਤਰ ਦਾ ਵੀ ਕੰਮ ਇੰਨਾ ਕੀਤਾ ਹੋਇਆ ਜੀ ਬੰਦੇ ਸਰ ਜੀ ਜੈਲਸ ਹੋ ਰਹੇ ਸਰ ਕਹਿ ਰਹੇ ਸਰ ਮਦਰ ਡਾਟਰ ਹੈ ਤੇ ਬਿਲਕੁਲ ਤੇ ਉਹ ਵੀ ਰੋਲਾ ਖਤਮ ਹੋ ਗਿਆ ਜੀ ਉਹ ਵੀ ਮੈਚਿੰਗ ਕਰਕੇ ਇੰਨਾ ਸਿਸਟਮ ਸੈੱਟ ਕਰ ਦਿੱਤਾ ਇੱਥੇ ਤੇ ਮਾਸ਼ਾਅੱਲਾ ਜੀ ਵਰਾਇਟੀ ਭਾਈ ਉਹਨਾਂ ਕੋਲ ਕਾਫੀ ਸਾਰੀ ਹੈ ਤੇ ਤੁਸੀਂ ਆਓ ਚਾਚਾ ਪਲਾ ਦਿੰਦੇ ਹੋ ਦੇਖੋ ਜੀ ਮਾਸ਼ਾਅੱਲਾ ਇੱਥੇ ਤੁਹਾਨੂੰ ਸਮੋਸਾ ਚਾਟ ਵੀ ਮਿਲੇਗੀ ਚਿਕਨ ਬਿਰਿਆਨੀ ਵੀ ਮਿਲੇਗੀ ਵੇਖ ਲਓ ਕਿੰਨੀ ਸੋਹਣੀ ਜੀ ਬਣੀ ਹੋਈ ਹੈ ਜੀ ਚਾਟ ਵੀ ਮਿਲੇਗੀ ਦਹੀਂ ਬੱਲੇ ਵੀ ਮਿਲਣਗੇ ਸਾਹਮਣੇ ਕਾਊਂਟਰ ਲੱਗਾ ਮਾਸ਼ਾਅੱਲਾ ਹਰ ਇੱਕ ਚੀਜ਼ ਜਨਾਬ ਪਲਾਜ਼ੇ ਦੇ ਅੰਦਰ ਆ ਗਈ ਹੈ ਵੇਖ ਲਓ ਚਾਹ ਵੀ ਹੈ ਵੇਖ ਲਓ ਜੀ ਥਰਮੋਸ ਵੀ ਪਿਆ ਇੱਥੇ ਇਹ ਕਿਹੜੀ ਪੱਕੀ ਚਾਹ ਤੁਹਾਨੂੰ ਮਿਲੇਗੀ ਅਤੇ ਇਹਨਾਂ ਦਾ ਕੋਂਟੈਕਟ ਨੰਬਰ ਵੀ ਹੈ ਅਗਰ ਕਿਸੇ ਕੋਲ ਰਾਬਤਾ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋ ਅਤੇ ਉਧਰੋਂ ਵੀ ਮੰਗਵਾ ਸਕਦੇ ਹੋ ਹੁਣ ਚੱਲਦੇ ਹਾਂ ਜੀ ਖੂਬਸੂਰਤ ਫੈਬਰਿਕ ਵਾਲਿਆਂ ਕੋਲ ਵੇਖਦੇ ਹਾਂ ਇਹਨਾਂ ਕੋਲ ਕਿਹੜੀ ਕਿਹੜੀ ਵਰਾਇਟੀ ਹੈ ਅਤੇ ਮਾਸ਼ਾਅੱਲਾ ਬਾਹਰ ਵੀ ਵਧੀਆ ਵਧੀਆ ਜਿਹੇ ਸੂਟ ਇਹਨਾਂ ਡਿਸਪਲੇ 'ਤੇ ਰੱਖੇ ਨੇ ਹਾਂ ਜੀ ਮਾਸ਼ਾਅੱਲਾ ਲੱਗਦਾ ਭਾਈ ਹੋਰ ਬੜੇ ਮਸਰੂਫ ਸੀ ਤੇ ਵੇਖਦੇ ਹਾਂ ਇਹਨਾਂ ਕੋਲ ਕਿਹੜੀ ਵੈਰਾਈਟੀ ਸਲਾਮ ਅਲੈਕੁਮ ਭਾਈ ਜਾਨ ਜੀ ਵਾਲੇਕੁਮ ਸਲਾਮ ਜੀ ਸਰ ਕੀ ਹਾਲ ਹੈ ਅਲਹਮਦੁਲਿਲਾ ਆਪਣੀ ਸੁਣਾਓ ਕੀ ਹਾਲ ਠੀਕ ਠਾਕ ਸ਼ੁਕਰ ਅੱਲਾਹ ਤੇ ਬਾਹਰ ਤੇ ਮਾਸ਼ਾਅੱਲਾ ਨਾਂ ਰੱਖਿਆ ਜੀ ਖੂਬਸੂਰਤ ਫੈਬਰਿਕ ਅੰਦਰ ਵਾਕਈ ਖੂਬਸੂਰਤ ਫੈਬਰਿਕ ਮਿਲਦੀ ਹੈ ਕਿ ਕੱਪੜੇ ਖੂਬਸੂਰਤ ਮਿਲਣਗੇ ਅੱਛਾ ਜੀ ਜੀ ਨਹੀਂ ਤੁਸੀਂ ਮਾਸ਼ਾਅੱਲਾ ਕਾਫੀ ਖੂਬਸੂਰਤ ਹੋ ਅਸੀਂ ਖੂਬਸੂਰਤ ਨਹੀਂ ਹੈ ਕੱਪੜੇ ਖੂਬਸੂਰਤ ਅੱਛਾ ਕਿਹੜੀ ਕਿਹੜੀ ਵੈਰਾਈਟੀ ਹੈ ਆਪਣੇ ਕੋਲ ਅਸੀਂ ਓਰੀਜਨਲ ਬ੍ਰਾਂਡ ਕਰਨੇ ਅਨਸਟਿਚ ਜੀ ਜੀ ਤੇ ਰੈਡੀਮੇਡ ਅੱਛਾ ਯਾ ਵੀ ਸਨਾ ਸਫੀਨਾਸ ਜੀ ਜੀ ਸੋਬੀਆ ਨਜ਼ੀਰ ਆਸਮ ਜੋਫਾ ਜੀ ਜੀ ਸਾਰੀ ਅਨਸਟਿਚ ਕਰਨੇ ਆ ਲੋਨ ਵੀ ਤੇ ਸ਼ਾਦੀਆਂ ਵਾਲੇ ਸਵਿਸ ਲੋਨ ਵਿੱਚ ਅੱਛਾ ਸਵਿਸ ਲੋਨ ਚ ਜੀ ਤੋ ਕੌਣ ਹੈ ਜੀ ਮਾਸ਼ਾਅੱਲਾ ਵੇਖੀਏ ਨਾ ਕਿਹੜੇ ਕਿਹੜੇ ਸੂਟ ਨੇ ਤੁਹਾਡੇ ਕੋਲ ਕਿਹੜੀ ਕਲੈਕਸ਼ਨ ਜਨਾਬ ਲਾਲਾ ਕਲੈਕਸ਼ਨ ਲਾਲਾ ਕਲੈਕਸ਼ਨ ਜੀ ਐ ਦੁਪੱਟਾ ਸ਼ਿਫੋਨ ਜੀ ਜੀ ਕਢਾਈ ਹੋਈ ਹੈ ਬੇਜ ਕਲਰ ਦੀ ਅੱਛਾ ਜੀ ਜੀ ਤੇ ਬਾਜ਼ੂ ਬਾਜ਼ੂ ਜੀ ਤੇ ਇਹ ਆਪਣਾ ਕਿਹੜੀ ਪ੍ਰਾਈਸ ਰੇਂਜ ਚ ਸ਼ੁਰੂ ਹੁੰਦੇ ਨੇ ਇਹ 35 ਦਾ 35 ਦੇ ਸ਼ੁਰੂ ਹੁੰਦੇ ਨੇ
ਇਹ ਵੇਖੋ ਨਾ ਜੀ, ਇਹਦੇ ਚ ਆਪਣੇ ਕਿਤਨੇ ਕਲਰ ਹੋਣਗੇ ਤੁਹਾਡੇ ਕੋਲ? ਕਲਰ ਬਸ ਤਿੰਨ, ਦੋ ਕਲਰ ਰਹਿ ਗਏ। ਦੋ ਕਲਰ ਰਹਿ ਗਏ ਨੇ ਆ ਜਿਹੜੇ ਪਿੱਛੇ ਜੀ, ਇਹ ਰਮਸ਼ਾ ਰਵਾਇਤ ਲੱਗੇ ਆ ਜੀ ਜੀ, ਗੁਲੇ ਆਲੀਆ ਕਲੈਕਸ਼ਨ, ਤਵੱਕਲ ਕਲੈਕਸ਼ਨ, ਬਾਇਰੇਨ, ਇਹ ਵੀ ਤਵੱਕਲ ਦਾ। ਅੱਛਾ, ਦਨ ਲਿਬਾਸ ਦਾ ਜੀ ਜੀ। ਇਹ ਮਾਰੀਆ ਬੀ ਦੇ ਸ਼ਿਫੋਨ ਕਲੈਕਸ਼ਨ। ਅੱਛਾ, ਇਹ ਲਾਫ, ਇਹ ਵੀ ਵੈਡਿੰਗ ਕਲੈਕਸ਼ਨ। ਅੱਛਾ, ਤੇ ਇਨਸ਼ਾਅੱਲਾ ਸਾਰੀ ਬ੍ਰਾਂਡ ਮਿਲ ਗਈ ਸਾਰੀ ਸਾਰੀ ਇਹ ਸਾਈਡ ਤੁਹਾਡੇ ਕੋਲ ਅਨਸਟਿਚ ਹੈ? ਸਾਰੀ ਅਨਸਟਿਚ ਹੈ ਜੀ, ਸਾਰੀ। ਤੇ ਸਾਰੀ ਕੁਆਲਿਟੀ ਓਰੀਜਨਲ ਚੀਜ਼ਾਂ ਨੇ? ਓਰੀਜਨਲ ਇਨਸ਼ਾਅੱਲਾ, ਕੋਈ ਕਾਪੀ ਸ਼ਾਪੀ ਨਹੀਂ ਤੁਹਾਡੇ ਕੋਲ? ਬਿਲਕੁਲ, ਕਈ ਦਫਾ ਹੁੰਦਾ ਨੇ ਲੋਕ ਕਹਿੰਦੇ ਨੇ ਓਰੀਜਨਲ, ਪਰ ਵਿੱਚੋਂ ਕਾਪੀ ਨਿਕਲਦੀ ਹੈ, ਉਹ ਚੱਕਰ ਕੋਈ ਨਹੀਂ ਇੱਥੇ। 100% ਓਰੀਜਨਲ ਹੋਏਗਾ ਇਨਸ਼ਾਅੱਲਾ, ਗਾਰੰਟੀ ਦੇ ਨਾਲ ਆਣ ਕੇ ਲੈ ਕੇ, ਗਾਰੰਟੀ ਦੇ ਨਾਲ। ਚਲੋ ਜੀ, ਇਹ ਵੀ ਓਰੀਜਨਲ। ਅੱਛਾ ਜੀ, ਓਰੀਜਨਲ ਸਟਿਚ ਹੋ ਰਿਹਾ, ਅਸੀਂ ਆਪਣੀ ਸਟਿਚ ਕਰਾਉਂਦੇ ਆ ਜੀ ਜੀ। ਇਹ 2 ਪੀਸ ਹੈ ਜਾਂ 3 ਪੀਸ? 3 ਪੀਸ, 3 ਪੀਸ ਮਿਲੇਗਾ ਇਸ ਵਿੱਚ। ਇਸ ਵੀ ਹੈ ਕੈਟਲੌਗ ਦਾ ਜੀ ਜੀ, ਇਹ ਵੀ ਇਸ। ਅੱਛਾ, ਕੈਟਲੌਗ ਦਾ ਜੀ ਜੀ, ਸਿਲਕ ਦੁਪੱਟਾ ਨਾਲ। ਅੱਛਾ, ਇਹ ਵੀ ਓਰੀਜਨਲ, ਸਮਾਲ ਮੀਡੀਅਮ ਲਾਰਜ ਸਾਈਜ਼ ਵੀ ਕਰਦੇ ਆ ਅਸੀਂ। ਅੱਛਾ, ਤੇ ਫਿਰ ਕਾਫੀ ਜ਼ਬਰਦਸਤ ਜੀ ਲੈ ਕੇ ਆਉਂਦੀ ਹੈ। ਵੇਖ ਲਓ, ਤੇ ਸਿੱਧੇ ਅੰਦਰ ਦੁਕਾਨ ਦੇ ਚੱਲਦੇ ਆ ਮਾਸ਼ਾਅੱਲਾ। ਵੇਖ ਲਓ, ਫੁੱਲ ਦੁਕਾਨ ਭਰੀ ਹੈ ਕੱਪੜਿਆਂ ਦੇ ਨਾਲ ਹੈ ਜੀ, ਰੰਗ ਬਿਰੰਗੇ ਕੱਪੜੇ ਲਾਏ ਨੇ, ਤੇ ਲੱਗਦਾ ਆਫਰਾਂ ਹੀ ਭਾਈ ਹੋਰਾਂ ਵਧੀਆ ਵਧੀਆ ਰੱਖੀਆਂ ਨੇ ਜੀ। ਇਹ ਵੇਖੋ, 1199 ਦਾ ਸੂਟ, ਇਹ ਨਹੀਂ ਪਤਾ ਇੱਕ ਸੂਟ ਹੈ ਜਾਂ ਪੂਰੀ ਰੇਲ ਹੀ ਲਾਈ ਹੈ ਇੰਨਾ ਇਤਨੇ ਦੀ। ਤੇ ਭਾਈ ਹੋਰਾਂ ਗੱਲ ਪੁੱਛਦੇ ਹਾਂ ਜੀ, ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ ਸਲਾਮ ਸਰ, ਕੀ ਹਾਲ ਹੈ? ਅੱਲਾ ਦਾ ਸ਼ੁਕਰ ਜਨਾਬ, ਠੀਕ ਠਾਕ ਹੋ ਜੀ? ਭਾਈ ਜਾਨ, ਦਿਖਾਓ ਨਾ ਕੋਈ ਵਧੀਆ ਜਿਹਾ ਸੂਟ ਜਨਾਬ। ਇਹ ਤਾਂ ਕੋਈ ਨਈ ਵਰਾਇਟੀ ਆਈ, ਚੈੱਕ ਕਰੋ ਜ਼ਰਾ। ਅੱਛਾ, ਨਈ ਵਰਾਇਟੀ, ਇਹ ਚੈੱਕ ਕਰੋ। ਓਏ ਹੋਏ ਹੋਏ ਜੀ ਜੀ, ਇਹ ਚੈੱਕ ਕਰੋ, ਠੀਕ ਹੈ? ਬੈਕ ਐਸ ਨਹੀਂ, ਇਹ ਵੇਖੋ ਮਾਸ਼ਾਅੱਲਾ ਜੀ, ਵਾਹ। ਜ਼ਰਾ ਕਸਟਮਰ ਸਾਰਿਆਂ ਨੂੰ ਸਹੀ ਕਰਕੇ ਵਿਖਾਓ ਹੀ ਵਧੀਆ ਕਰਕੇ ਜੀ ਜੀ, ਤਾਂ ਜੇ ਕਸਟਮਰ ਵੀ ਸਾਡੇ ਆਉਣ ਤਾਂ ਨਾਲ ਤੁਸਾਂ ਕੀ ਵੀ ਦੁਆਵਾਂ ਦੇ ਸਨ। ਬਿਲਕੁਲ, ਇਹ ਟ੍ਰੋਜ਼ਰ 2 ਪੀਸ ਹੈ, ਠੀਕ ਹੈ? ਅੱਛਾ, 2 ਪੀਸ ਸੂਟ ਹੈ ਜੀ, ਇਹ 2 ਪੀਸ ਸੂਟ ਹੈ। ਤੇ ਕਿਹੜੀ ਕੀਮਤ ਤੋਂ ਸਟਾਰਟ ਹੁੰਦੇ ਜਨਾਬ? ਇਹ ਜਨਾਬ ਸਸਤੇ ਲੱਗੇ, ਵੇਖੋ ਨਹੀਂ ਐਡੇ ਮਹਿੰਗੇ, ਬਸ 20 ਪਾਉਂਡ ਨੇ, ਸਿਰਫ 20 ਪਾਉਂਡ, 20 ਪਾਉਂਡ ਨੇ। ਮਾਸ਼ਾਅੱਲਾ ਜੀ, ਇਹਨੇ ਸੋਹਣੇ ਸੋਹਣੇ ਸੂਟ 20 ਪਾਉਂਡ ਦੇ ਦੇ ਰਹੇ ਆ। ਖੋਲਿਆ ਤੁਸੀਂ, ਮੈਂ ਦੱਸਣਾ ਪਿਆ, ਚੈੱਕ ਕਰੋ। ਇਹ ਵੇਖੋ ਮਾਸ਼ਾਅੱਲਾ, ਕੰਮ ਹੀ ਮਾਸ਼ਾਅੱਲਾ ਕਾਫੀ ਹੋਇਆ ਹੈ। ਸੋਹਣੇ ਤੱਕ ਜੀ ਜੀ, ਫੁੱਲ ਜੀ ਜੀ, ਠੀਕ ਹੈ ਬਣੇ ਨੇ ਜੀ ਜੀ। ਅੱਛਾ, ਉਸ ਤੋਂ ਇਲਾਵਾ ਹੋਰ ਤੁਸੀਂ ਚੈੱਕ ਕਰਾਉਣੇ ਆ, ਇਹ ਨਈ ਵਰਾਇਟੀ ਆਈ ਗਈ ਹੈ, ਇਹ ਵੀ ਤਾਂ ਇਨਸ਼ਾਅੱਲਾ ਕਸਟਮਰ ਕੀ ਗੁੱਡ ਪ੍ਰਾਈਸ ਦੇਸਾਂ। ਅੱਛਾ, ਗੁੱਡ ਪ੍ਰਾਈਸ ਹੁਣ ਇਹ ਅਰਜ਼ ਹੈ ਕਿ ਜਿਹੜੇ ਸੂਟ ਲੱਗੇ ਆਲਰੇਡੀ ਆਫਰ ਉੱਪਰ ਜੀ ਜੀ, ਉਹ ਤੁਹਾਨੂੰ ਕੀ ਪਤਾ ਕਿ ਬੈਸਟ ਪ੍ਰਾਈਸ ਹੋਣੀ ਹੈ ਸਾਰੇ ਉਹਨੂੰ ਕਿ ਬਿਲਕੁਲ ਬਿਲਕੁਲ ਲੋ ਪ੍ਰੋਫਿਟ ਉੱਪਰ ਮੱਲੂ ਜੀ ਜੀ, ਠੀਕ ਹੈ? ਤਾਂ ਫਿਰ ਵੀ ਇਹ ਵੀ ਡਰੈਸ ਤੱਕ ਜਿਹੜਾ ਬੰਦਾ ਤੁਸਾਂ ਨੇ ਨਾ ਕਿਸੀ, ਇਨਸ਼ਾਅੱਲਾ ਉਸਕੀ ਜ਼ਰੂਰ ਡਿਸਕਾਊਂਟ ਦੇ ਸਕਦੇ। ਬਿਲਕੁਲ ਜੀ, ਤੇ ਹੋਰ ਐ ਤੁਸੀਂ ਮਾਸ਼ਾਅੱਲਾ ਵਿਜ਼ਿਟ ਕਰੋ ਕਸਟਮਰ ਕੀ ਜਾਣਾ। ਇਹ ਦੇਖੋ ਨਾ ਮਾਸ਼ਾਅੱਲਾ ਦੁਕਾਨ ਬਿਲਕੁਲ ਭਰ ਕੇ ਰੱਖਿਆ ਮਾਲ ਪੂਰਾ ਜੀ। ਇਹ ਵੇਖੋ, ਇੱਕ ਐਡਾ ਸੋਹਣਾ ਜਿਹਾ ਸੂਟ ਭਾਈ ਹੋਣਾ ਡਿਸਪਲੇ ਤੇ ਵੀ ਲਾ ਕੇ ਰੱਖਿਆ, ਵੇਖੋ ਨਾ ਜੀ ਕਿੰਨਾ ਸੋਹਣਾ ਜਿਹਾ ਲੱਗ ਰਿਹਾ। ਕਿਉਂਕਿ ਹਰ ਇੱਕ ਸੂਟ ਤੇ ਆਫਰ ਤੇ ਨਹੀਂ ਆਉਂਦੀ, ਜਿਹੜੇ ਆਲਰੇਡੀ ਉਹਨਾਂ ਕੀਮਤ ਰਿਡਿਊਸ ਕੀਤੀ ਹੈ ਉਹਦੇ ਤਾਂ ਕੀ ਆਫਰ ਦੇ ਗਏ ਨੇ, ਤੇ ਜਿਹੜੇ ਤੇ ਆਨੇ ਫੁੱਲ ਪ੍ਰਾਈਸ ਦੇ ਉਹਨਾਂ ਤੇ ਭਾਈ ਹੋਰ ਕਹਿੰਦੇ ਨੇ ਅਸੀਂ ਆਫਰ ਦੇ ਦਿਆਂਗੇ ਤੁਹਾਨੂੰ। ਤੇ ਮਾਸ਼ਾਅੱਲਾ ਨਵਾਂ ਮਾਲ ਭਾਈ ਹੋਰਾਂ ਕਹਿੰਦੇ ਨੀ ਤਾਜ਼ਾ ਤਾਜ਼ਾ ਹੀ ਆਇਆ। ਇਹ ਵੇਖੋ ਹਰ ਇੱਕ ਚੀਜ਼ ਮਾਸ਼ਾਅੱਲਾ, ਵੇਖੋ ਅਜੇ ਪੈਕਿੰਗ 'ਚ ਹੀ ਪਈ, ਇੱਥੇ ਖੋਲੇ ਵੀ ਨਹੀਂ ਨਾ ਅਜੇ। ਤੇ ਤੁਸੀਂ ਆਓ ਭਾਈ ਹੋਰਾਂ ਕੋਲ ਤੇ ਵਧੀਆ ਵਧੀਆ ਸੂਟ ਲੈ ਕੇ ਜਾਓ ਮਾਸ਼ਾਅੱਲਾ। ਫਿਰ ਇਹ ਨਾ ਆਖੋ ਕਿ ਹੁਣ ਸਾਇਦ ਕੋਈ ਨਹੀਂ ਲੱਭੇ, ਤੇ ਮੈਂ ਨਾਲ ਆਉਤਾ ਜਾਣਾ। ਹਾਂਜੀ ਇਨਸ਼ਾਅੱਲਾ ਸਾਇਦ ਲੱਭ ਜਾਸਾਂ। ਹਾਂ ਭਾਈ ਜਾਨੇ, ਕਿਹੜਾ ਸੂਟ ਹੈ ਜਨਾਬ? ਇਹ ਚੈੱਕ ਕਰੋ ਨਾ ਜਨਾਬ ਜੀ ਜੀ, ਫੰਕਸ਼ਨਾਂ ਪਰਾਂ ਤੋਂ ਲਾਓ, ਈਦੀ ਉੱਪਰ, ਸ਼ਾਦੀ ਉੱਪਰ, ਬਿਲਕੁਲ ਠੀਕ ਹੈ? ਐਨੀ ਇਹ ਤਾਂ ਸੂਟ 'ਚ ਆਇਆ, ਵੇਖੋ ਮਾਸ਼ਾਅੱਲਾ ਜੀ ਕਿੰਨਾ ਸੋਹਣਾ ਜਿਹਾ ਸੂਟ ਹੈ ਜੀ। ਇਹ ਚੈੱਕ ਕਰੋ ਉਹਨੂੰ ਭਾਈ ਜਾਨ, ਇਹ ਵੇਖੋ ਨਾ ਜੀ। ਤੇ ਇਹ ਇਹਦੇ 'ਚ ਭਾਈ ਜਾਨ ਕਿੰਨੇ ਕਲਰ ਨੇ ਤੁਹਾਡੇ ਕੋਲ? ਇਹ ਕਲਰ ਸਾਰੇ ਆ, ਮਾਰੋ ਨਾ ਜਰਾ ਕੈਮਰਾ। ਅੱਛਾ, ਇਹ ਸਾਰੇ ਕਲਰ ਨੇ? ਇਹਦੇ ਵਿੱਚ ਡਿਜ਼ਾਈਨ ਲੱਭੇ ਸਾਰੇ ਇਹਨਾਂ ਨੂੰ। ਅੱਛਾ,
ਸਾਈਜ਼ ਪੂਰੇ ਪੇਵਨ ਤੇ ਕਲਰ ਲੱਭੀ ਜਾਸਨ ਡਿਫਰੈਂਟ ਡਿਫਰੈਂਟ ਸਭ ਕਲਰ ਮਿਲ ਜਾਣਗੇ ਜੀ। ਇਹ ਵੇਖੋ ਜੀ ਨਵੀਂ ਵੈਰਾਈਟੀ ਪਾਈ ਹੋਣਾ ਲੈ ਆਂਦੀ ਇੱਥੇ ਇਹ ਚੈੱਕ ਕਰਾ ਤੇ ਬਤਾਓ ਸੀ ਠੀਕ ਹੈ ਮਾਸ਼ਾਅੱਲਾ ਜੀ। ਔਰ ਇਸਨੇ ਵਿੱਚ 5-6 ਕਲਰ ਹੈ ਇਹ ਆਪਣਾ ਕਿਹੜੀ ਕੀਮਤ ਤੋਂ ਸ਼ੁਰੂ ਹੁੰਦੇ ਨੇ ਇਹ 60-70 ਤੋਂ ਅੱਛਾ ਜੀ ਜੀ ਤੇ ਦੱਸਿਆ ਨਾ ਤੁਸਾਂ ਨੂੰ ਬੰਦਾ ਜਿਹੜਾ ਨਾ ਕਿ ਇਨਸੀਨ ਚਾਲਾ ਉਸਦੀ ਡਿਸਕਾਊਂਟ ਜ਼ਰੂਰ ਲੱਗਦੀ ਬਿਲਕੁਲ ਭਾਈ ਹੋਰ ਕਹਿੰਦੇ ਜੀ ਡਿਸਕਾਊਂਟ ਲਾਜ਼ਮੀ ਲੱਭੇਗਾ ਜਿਹੜੇ ਆਲਰੇਡੀ ਰਿਡਿਊਸ ਹੋਏਗੇ ਉਹਨੇ ਤੇ ਨਹੀਂ ਲੱਭੇਗਾ ਉਹਨਾਂ ਤੇ ਡਿਸਕਾਊਂਟ ਨਹੀਂ ਮੰਗਣਾ ਬਿਲਕੁਲ ਜਿਹੜੇ ਦੂਵੇ ਸੂਟ ਨੇ ਨਾਰਮਲ ਪ੍ਰਾਈਸ ਵਾਲੇ ਉਹਨਾਂ ਤੇ ਲਾਜ਼ਮੀ ਡਿਸਕਾਊਂਟ ਦੇਣਗੇ ਦੇਖ ਲਓ ਜੀ ਮਾਸ਼ਾਅੱਲਾ ਸਿਸਟਰ ਨੇ ਇੱਕ ਸੈਟਅਪ ਕੀਤਾ ਇੱਥੇ ਇਹਨਾਂ ਕੋਲ ਸਾਰੇ ਬਕਲਾਵਾਸ ਹੈ ਨੇ ਡਿਫਰੈਂਟ ਕਾਈਂਡ ਦੇ ਤੇ ਇਹਨਾਂ ਦਾ ਮਾਸ਼ਾਅੱਲਾ ਇੰਸਟਾਗ੍ਰਾਮ ਵੀ ਹੈ ਬਕਲਾਵਾ ਅੱਛੀ ਤੁਸੀਂ ਉੱਥੇ ਜਾਓ ਤੇ ਉੱਥੋਂ ਵੀ ਆਰਡਰ ਕਰ ਸਕਦੇ ਹੋ ਇਹ ਵੇਖ ਲਓ ਮਾਸ਼ਾਅੱਲਾ ਵੇਖ ਲਓ ਜੀ ਰੰਗ ਬਰੰਗੇ ਆਈਟਮ ਰੱਖੇ ਨੇ ਇਹਨਾਂ ਅਤੇ ਇਹ ਵੀ ਚੀਜ਼ ਰੱਖੀ ਹੈ ਬਣਾਉਣ ਵਾਸਤੇ ਕੋਈ ਚੀਜ਼ ਅਤੇ ਅਜੇ ਸੁਬਹਾ ਦਾ ਟਾਈਮ ਹੈ ਨਾ ਅਤੇ ਡਿਸਪਲੇ ਪੂਰਾ ਨਹੀਂ ਹੋਇਆ ਇਹ ਵੇਖ ਲਓ ਮਾਸ਼ਾਅੱਲਾ ਕਿੰਨੇ ਸੋਹਣੇ ਸੋਹਣੇ ਲੱਗ ਰਹੇ ਨੇ ਇਹ ਵੇਖ ਲਓ ਮਾਸ਼ਾਅੱਲਾ ਜੀ ਬੱਚਿਆਂ ਵਾਸਤੇ ਸਵੀਟਾਂ ਵੀ ਪਾਈ ਉਹਨਾਂ ਲੈ ਆਉਂਦੀਆਂ ਫੁੱਟਬਾਲ ਵੀ ਲੈ ਆਉਂਦੇ ਨੇ ਵੇਖ ਲਓ ਰੰਗ ਬਰੰਗੇ ਹੈ ਜੀ ਤਾਂ ਆਹਦੇ ਨੇ ਆਓ ਸ਼ਾਪਿੰਗ ਕਰੋ ਨਾਲੇ ਬੱਚਿਆਂ ਨੂੰ ਵੀ ਲੈ ਕੇ ਆਓ ਉਹਨਾਂ ਨੂੰ ਵੀ ਸਵੀਟਾਂ ਖਿਲਾਓ ਹੈ ਜੀ ਉਹੀ ਪਾਕਿਸਤਾਨ ਵਾਲੇ ਖਿਲਾਉਣੇ ਜਿਹੜੇ ਅਸੀਂ ਬਾਜ਼ਾਰ 'ਚ ਲੈਂਦੇ ਹੁੰਦੇ ਸੀ ਨਾ ਕਿਸੇ ਜ਼ਮਾਨੇ 'ਚ ਉਹ UK 'ਚ ਵੀ ਭਾਈ ਉਹ ਲੈ ਕੇ ਆ ਗਏ ਨੇ ਸੁਬਹਾ ਸੁਬਹਾ ਦੁਕਾਨ ਸੈਟਅਪ ਕਰ ਰਹੇ ਨੇ ਮਾਸ਼ਾਅੱਲਾ ਇਹ ਚੀਜ਼ਾਂ ਤਾਂ ਸਾਨੂੰ ਬਚਪਨ 'ਚ ਬੜੀਆਂ ਪਸੰਦ ਹੁੰਦੀਆਂ ਸੀ ਵੇਖ ਲਓ UK ਦੇ ਅੰਦਰ ਵੀ ਪਹੁੰਚ ਗਈਆਂ ਨੇ ਭਾਈ ਇੱਥੇ ਹੀ ਹੁੰਦੇ ਆ ਟਾਈਮ ਜੀ ਹਾਂ 6 ਦਿਨ ਪੱਕੇ ਇੱਥੇ ਹੈ ਜੀ ਉਹਦਾ ਨਾਲੇ ਸ਼ਾਪਿੰਗ ਕਰੋ ਨਾਲ ਬੱਚੇ ਨੂੰ ਵੀ ਲੈ ਕੇ ਆਓ ਜੀ ਜੀ ਹਾਂ ਬਿਲਕੁਲ ਬੱਚਿਆਂ ਅਸੀਂ ਤਾਂ ਘੁੰਮ ਹਾਂਜੀ ਉਹ ਉਹਨਾਂ ਦਾ ਵੀ ਤਾਂ ਹੱਕ ਬਣਦਾ ਸ਼ਾਪਿੰਗ ਕਰਨੀ ਜੀ ਜੀ ਬਿਲਕੁਲ ਅਸੀਂ ਬੱਚੇ ਘਰ ਛੋੜ ਆਉਂਦੇ ਉਹਨਾਂ ਦੇ ਚਾਚਾ ਫਜ਼ਾਲਾ ਉਹ ਤੇ ਬੱਚਿਆਂ ਵਾਸਤੇ ਵੀ ਚੀਜ਼ਾਂ ਵਧੀਆ ਜਿਹੀ ਮਿਲ ਜਾਣਗੀਆਂ ਤੇ ਮਾਸ਼ਾਅੱਲਾ ਚਾਚਾ ਬਰਾਦਰ ਦੇ ਅੰਦਰ ਆਫਰਾਂ ਜਿੱਥੇ ਜਾਓਗੇ ਆਫਰਾਂ ਹੀ ਆਫਰਾਂ ਨੇ ਤੇ ਅਸੀਂ ਚੱਲਦੇ ਹਾਂ ਇੱਕ ਹੋਰ ਦੁਕਾਨ ਦੇ ਅੰਦਰ ਤੇ ਉਹਨਾਂ ਕੋਲ ਦੇਖਦੇ ਹਾਂ ਕਿਹੜੇ ਸੋਹਣੇ ਸੋਹਣੇ ਇਹ ਜੀ ਅਮਾਇਆ ਤੇ ਮਾਸ਼ਾਅੱਲਾ ਸ਼ਾਦੀ ਵਿਆਹ ਦੇ ਇਹਨਾਂ ਵੀ ਬੜੇ ਸੋਹਣੇ ਸੋਹਣੇ ਸੂਟ ਲਿਆਉਂਦੇ ਨੇ ਇਹ ਵੇਖ ਲਓ ਵਾਹ ਜੀ ਵਾਹ ਕਿੰਨੇ ਸੋਹਣੇ ਜਿਹੇ ਲੱਗੇ ਨੇ ਬਾਹਰ ਇਹ ਵੇਖ ਲਓ ਜੀ ਮਾਸ਼ਾਅੱਲਾ ਸੂਟ ਤੇ ਸੋਹਣੇ ਹੀ ਨੇ ਦੁਕਾਨ ਫੁੱਲ ਹੈ ਜਨਾਬ ਜਿੱਥੇ ਵੀ ਜਾਓਗੇ ਤੁਹਾਨੂੰ ਰੰਗ ਬਿਰੰਗੇ ਸੂਟ ਮਿਲਣਗੇ ਲੱਗਦਾ ਭਾਈ ਹੋਰਾਂ ਮਾਲ ਹੋਣੀ ਕਿਤੇ ਤਾਜ਼ਾ ਤਾਜ਼ਾ ਹੀ ਲਿਆਂਦਾ ਤੇ ਭਾਈ ਹੋਰ ਕੋਲ ਪੁੱਛਾਂਗੇ ਜੀ ਸਾਨੂੰ ਤਾਂ ਪਤਾ ਨਹੀਂ ਇਹਨਾਂ ਸੂਟਾਂ ਦੇ ਬਾਰੇ ਸਲਾਮ ਅਲੈਕਮ ਭਾਈ ਜਾਨ ਸਰ ਕੀ ਹਾਲ ਹੈ ਸ਼ੁਕਰ ਅਲਹਮਦੁਲਿਲਾ ਠੀਕ ਠਾਕ ਲੱਗਣਾ ਬੜਾ ਕੋਈ ਨਵੀਂ ਵੈਰਾਈਟੀ ਲਿਆਂਦੀ ਤੁਸੀਂ ਹਾਂ ਜੀ ਜੀ ਵੈਰਾਈਟੀ ਸਾਡੇ ਕੋਲ ਨਹੀਂ ਆਈ ਹੈ ਸ਼ਾਦੀਆਂ ਦੀ ਵੀ ਆਈ ਹੈ ਕੈਜੂਅਲ ਵੀ ਆਈ ਹੈ ਅੱਛਾ ਸੋ 2 ਪੀਸ ਵੀ ਹੈ 3 ਪੀਸ ਵੀ ਹੈ ਬੱਚਿਆਂ ਦੀ ਨਾਲ ਹੈ ਮਦਰ ਡਾਟਰ ਹੈ ਅੱਛਾ ਤੇ ਕੋਈ ਜਨਾਬ ਚੱਕ ਅੱਛਾ ਇਹ ਡਿਜ਼ਾਈਨ ਨਿਆ ਆਇਆ ਹੈ ਬੀ ਦਾ ਡਿਜ਼ਾਈਨ ਹੈ ਜੀ ਜੀ ਸੋ ਉਸ ਤੋਂ ਇਲਾਵਾ ਵੈਡਿੰਗ ਦਾ ਡਿਜ਼ਾਈਨ ਕਾਫੀ ਸਾਰੇ ਆਏ ਨੇ ਅੱਛਾ ਵੈਡਿੰਗ ਦਾ ਡਿਜ਼ਾਈਨ ਹੈ ਜੀ ਤੇ ਇਹ ਮਾਸ਼ਾਅੱਲਾ ਕਿਹੜੀ ਪ੍ਰਾਈਸ ਰੇਂਜ ਦੇ ਤੁਹਾਡੇ ਕੋਲ ਹੈ ਸਾਡੇ ਕੋਲ 60 ਤੋਂ ਲੈ ਕੇ 70 ਤੱਕ ਜਾਂਦੇ ਨੇ ਜੀ ਜੀ ਉਸ ਤੋਂ ਇਲਾਵਾ ਇਹ ਡਿਜ਼ਾਈਨ ਵੀ ਲੇਟੈਸਟ ਆਏ ਨੇ ਕੈਜੂਅਲ ਆਏ ਨੇ ਅੱਛਾ ਜੀ ਜੀ ਸਭ ਮਦਰ ਡਾਟਰ ਕਲੈਕਸ਼ਨ ਸਭ ਮਦਰ ਡਾਟਰ ਕਲੈਕਸ਼ਨ ਹੈ ਜੀ ਇਹ ਮਾਰੀਆ ਬੀ ਦੇ ਡਿਜ਼ਾਈਨ ਨੇ ਲੇਟੈਸਟ ਅੱਛਾ ਮਾਰੀਆ ਬੀ ਦੇ ਲੇਟੈਸਟ ਡਿਜ਼ਾਈਨ ਦਿਖਾਓ ਜਨਾਬ ਬੱਚਿਆਂ ਦਾ ਵੀ ਕੋਈ ਸੂਟ ਕੱਢ ਕੇ ਵਿਖਾਓ ਨਾ ਜੀ ਜੀ ਅੱਛਾ ਇਹ ਬੱਚਿਆਂ ਦਾ ਡਿਜ਼ਾਈਨ ਹੈ ਅੱਛਾ ਇਹ ਵੀ ਬੱਚਿਆਂ ਦਾ ਡਿਜ਼ਾਈਨ ਹੈ ਡਾਕਟਰ ਕਲੈਕਸ਼ਨ ਹੈ ਜੀ ਜੀ ਉਸ ਤੋਂ ਇਲਾਵਾ ਇਹ ਵਾਨਾ ਦਾ ਡਿਜ਼ਾਈਨ ਹੈ ਇਹ ਵੀ ਬੱਚਾ ਬੜਾ ਹੈ ਸਾਡੇ ਕੋਲ ਅੱਛਾ ਉਸ ਤੋਂ ਇਲਾਵਾ ਸਰ ਤੁਹਾਨੂੰ ਡਿਜ਼ਾਈਨ ਚਾਹੀਦਾ ਹੈ ਸਰ ਮਦਰ ਡਾਟਰ ਹੈ ਅੱਛਾ ਇਹ ਵੀ ਮਦਰ ਡਾਟਰ ਹੈ 3 ਕਲਰ ਨੇ ਦੇ ਵਿੱਚ ਅੱਛਾ ਇਹ ਵੀ ਆਪਣਾ ਕਿਹੜੀ ਪ੍ਰਾਈਸ ਰੇਂਜ ਹੈ ਤਕਰੀਬਨ ਇਹ ਬੱਚਿਆਂ ਵਿੱਚ 60 ਹੈ ਤੇ ਬੜਿਆਂ ਵਿੱਚ 120 ਹੈ ਅੱਛਾ ਉਸ ਤੋਂ ਇਲਾਵਾ ਸਰ ਤੁਹਾਨੂੰ ਡਿਜ਼ਾਈਨ ਦਿਖਾ ਦੇਣੇ ਆ ਇਹ ਡਿਜ਼ਾਈਨ ਬੜਾ ਨਾਈਸ ਹੈ ਇਹ ਲੇਟੈਸਟ ਆਇਆ ਅੱਛਾ ਇਹ ਵੀ ਲੇਟੈਸਟ ਡਿਜ਼ਾਈਨ ਇਸ ਤੋਂ ਇਲਾਵਾ ਸਾਡੇ ਕੋਲ ਸਾਰੇ ਡਿਜ਼ਾਈਨ ਲੇਟੈਸਟ ਆਇਆ ਹੈ ਆਹ ਦੇਖ ਲਓ ਜੀ ਮਾਸ਼ਾਅੱਲਾ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਮਾਸ਼ਾਅੱਲਾ ਭਾਈ ਹੋਰ ਮਾਸ਼ਾਅੱਲਾ ਜੀ ਵੇਖ ਲਓ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਇਹਨਾਂ ਡਿਸਪਲੇ ਤੇ ਵੀ ਕੀਤੇ ਨੇ ਤੇ ਕੁਝ ਪੈਕਿੰਗ ਚੀਜ਼ ਵੀ ਆਏ ਨੇ ਸੋਹਣੇ ਸੋਹਣੇ ਸੂਟ
ਇਹ ਲੈ ਕੇ ਆਏ ਨੇ ਸ਼ਾਦੀ ਵਿਆਹ ਵਾਸਤੇ ਅਤੇ ਨੋਰਮਲ ਵੇਅਰ ਵਾਸਤੇ ਨਹੀਂ। ਇਹ ਦੇਖੋ ਜੀ ਕਿੰਨਾ ਸੋਹਣਾ ਜਿਹਾ ਸੂਟ ਲੱਗਾ ਸਾਹਮਣੇ। ਇਹਦੇ ਤੁਸੀਂ ਆਓਗੇ ਤਾਂ ਤੁਹਾਨੂੰ ਪਤਾ ਲੱਗੇਗਾ ਜੀ। ਦੁਕਾਨ ਫੁੱਲ ਹੈ ਜਨਾਬ, ਨਵੇਂ ਨਵੇਂ ਡਿਜ਼ਾਈਨ ਜੀ, ਇੱਧਰ ਹੀ ਮਾਸ਼ਾਅੱਲਾ ਵਰਾਇਟੀ ਭਾਈ ਹੋਰਾਂ ਪੂਰੀ ਰੱਖੀ ਹੈ ਜੀ। ਇਹ ਦੇਖ ਲਓ ਕਿੰਨਾ ਜ਼ਬਰਦਸਤ ਡਿਜ਼ਾਇਨ ਹੈ ਜੀ, ਕਿੰਨੇ ਸੋਹਣੇ ਸੋਹਣੇ ਸੂਟ ਹੈ ਜੀ। ਇਹ ਦੇਖੋ ਜੀ ਮਾਸ਼ਾਅੱਲਾ ਜੀ, ਵੇਖ ਲਓ ਜੀ ਸੋਹਣੇ ਸੋਹਣੇ ਸੂਟ। ਦੁਕਾਨ ਫੁੱਲ ਭਰੀ ਹੈ ਜਨਾਬ, ਸਾਰਾ ਕੁਝ ਤਾਂ ਨਹੀਂ ਵਿਖਾ ਸਕਦੇ, ਮੈਂ ਥੋੜ੍ਹਾ ਬਹੁਤ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਬਕਾਇਆ। ਤੁਸੀਂ ਆਓ ਕਹਿੰਦੇ ਤੁਸੀਂ ਖੁਦ ਹੀ ਸ਼ਾਪਿੰਗ ਕਰੋ। ਫਾਤਮਾ ਵੇਖ ਲਓ ਜੀ, ਇੱਧਰ ਚੱਲਦੇ ਹਾਂ, ਇੱਧਰ ਵੀ ਮਾਸ਼ਾਅੱਲਾ ਵੇਖ ਲਓ, ਦੁਪੱਟੇ ਛੁਪੱਟੇ ਤਾਂ ਲੱਗੇ ਨੇ, ਇੱਧਰ ਵੀ ਜਰਸੀਆਂ ਸ਼ਰਸੀਆਂ ਵੀ ਭਾਈ ਹੋਰਾਂ ਰੱਖੀਆਂ ਨੇ ਇੱਧਰ। ਇਹ ਦੁਪੱਟੇ ਸੋਹਣੇ ਸੋਹਣੇ ਲੱਗੇ ਨੇ ਭਾਈ ਹੋਰ ਤਾਂ ਦੁਕਾਨ ਦੇ ਅੰਦਰ ਹੈ ਨਹੀਂ, ਮੈਂ ਚਲੋ ਦੁਕਾਨ ਹੀ ਵਿਖਾ ਦਿੰਦੇ ਹਾਂ। ਹੁਣ ਤਾਂ ਗਰਮੀ ਦਾ ਸੀਜ਼ਨ ਆਉਣ ਵਾਲਾ, ਚਲੋ ਅਗਰ ਕਿਸੇ ਭੈਣ ਭਰਾ ਭੇਜਣੀ ਹੋਵੇ ਪਾਕਿਸਤਾਨ ਵਧੀਆ ਜੀ ਤੇ ਲਾਜ਼ਮੀ ਆ ਜਾਵੇ। ਹੁਣ ਆ ਗਏ ਜੀ ਅਸੀਂ ਇਸ ਪਾਸੇ, ਇੱਧਰ ਵੀ ਮਾਸ਼ਾਅੱਲਾ ਭਾਈ ਹੋਣੀ ਦੁਕਾਨ ਦੇ ਸੂਟ ਕਿੱਡੇ ਸੋਹਣੇ ਸੋਹਣੇ ਲੱਗੇ ਨੇ ਜੀ, ਵੇਖ ਲਓ ਵਰਾਇਟੀ ਜੀ ਜੀ ਅੱਛਾ ਨਵਾਂ ਸਟਾਕ ਆਇਆ। ਇਹ ਦੇਖੋ ਜੀ ਮਾਸ਼ਾਅੱਲਾ ਭਾਈ ਹੋਣੀ ਕਹਿੰਦੇ ਜੀ ਨਵਾਂ ਸਟਾਕ ਆ ਗਿਆ ਇੱਥੇ, ਅਤੇ ਆਪਣਾ ਕਿਹੜੀ ਕੀਮਤ ਹੈ ਜਨਾਬ? ਤੀਨ ਸੌ ਵਾਲਾ ਸੂਟ 100-100 ਪਾਉਂਡ ਦਾ ਦੇ ਰਹੇ ਹੋ? ਅੱਛਾ ਜੀ ਜੀ ਅੱਛਾ ਸਾਰੀ ਨਵੀਂ ਆਈ ਹੈ ਜੀ ਜੀ ਜਿੱਥੇ ਵੀ ਜਾਓ ਚਾਚਾ ਬਲਾ ਦਾ ਮਾਸ਼ਾਅੱਲਾ ਆਫਰਾਂ ਬੜੀਆਂ ਵਧੀਆ ਲੱਗੀਆਂ ਨੇ, ਸਾਰਾ ਕੁਝ ਵਿਖਾਉਣਾ ਤੇ ਨਾਮੁਮਕਿਨ ਨਹੀਂ, ਮੈਂ ਥੋੜਾ ਬਹੁਤ ਸ਼ੇਅਰ ਕਰ ਦਿੰਦੇ ਆ ਤੇ ਫਿਰ ਤੁਸੀਂ ਖੁਦ ਹੀ ਆਓਗੇ ਤੇ ਤੁਸੀਂ ਵੇਖੋਗੇ ਵਧੀਆ ਜੀ ਆਫਰਾਂ ਦੇ ਨਾਲ ਅੰਗੂਠੀ ਤੇ ਸਭ। ਵੇਖੋ ਜੀ ਫਰਜ਼ਾਨਾ ਫੈਸ਼ਨ ਵਾਲਿਆਂ ਨੇ ਕਿੰਨੇ ਸੋਹਣੇ ਜਿਹੇ ਕੱਪੜੇ ਲਾਏ ਨੇ ਜੀ, ਇਹਨਾਂ ਕੋਲ ਵੀ ਬੱਚਿਆਂ ਦੀ ਵਰਾਇਟੀ ਪੂਰੀ ਹੁੰਦੀ ਹੈ ਤੇ ਮਾਸ਼ਾਅੱਲਾ ਅੰਦਰ ਵੀ ਸੋਹਣੇ ਸੋਹਣੇ ਕੱਪੜੇ ਲੱਗੇ ਨੇ ਤੇ ਇੱਕ ਹੋਰ ਦੁਕਾਨ ਇੱਧਰ ਹੈ ਤੇ ਇੱਧਰ ਚੱਲਦੇ ਹਾਂ ਤੇ ਇੱਧਰ ਵੀ ਮਾਸ਼ਾਅੱਲਾ ਇਹਨਾਂ ਕੋਲ ਜ਼ਬਰਦਸਤ ਚੀਜ਼ਾਂ ਲੱਗੀਆਂ ਨੇ।
ਨੋ ਐਕਸਚੇਂਜ ਕਹਿੰਦੇ ਜੀ 3 ਪੌਂਡ ਓਨਲੀ, ਇੱਧਰ ਸੇਲ ਲਾਈ ਉਹਦੇ ਨੇ, ਸੇਲ ਵਾਲੇ ਆਈਟਮ ਵਾਪਸ ਨਹੀਂ ਹੋਏਗਾ। ਅਤੇ ਦੁਕਾਨ 'ਚ ਬੰਦਾ ਹੈ ਕੋਈ ਨਹੀਂ, ਮੈਂ ਹੀ ਫਿਰ ਰਿਹਾ ਇਹਦੇ ਅੰਦਰ, ਸਮਝੋ ਆਪਣੀ ਦੁਕਾਨ ਹੈ, ਜਿੱਥੇ ਬੰਦਾ ਵੜ ਜਾਵੇ ਤਾਂ ਦੁਕਾਨ 'ਤੇ। ਚਲੋ ਜੀ ਚੱਲਦੇ ਹਾਂ ਜੀ, ਸਾਰਾ ਸੁਲਤਾਨ ਇਹ ਵੀ ਇੱਕ ਦੁਕਾਨ ਹੈ, ਮਾਸ਼ਾਅੱਲਾ ਵਧੀਆ ਜੀ, ਵੇਖ ਲਓ ਸੂਟ ਇੱਥੇ ਹੀ ਬੜੇ ਸੋਹਣੇ ਸੋਹਣੇ ਲੱਗੇ ਨੇ, ਇਹ ਦੇਖੋ ਡਿਸਪਲੇ 'ਤੇ ਵੀ ਮਾਸ਼ਾਅੱਲਾ ਬੜੀ ਵਰਾਇਟੀ ਜ਼ਬਰਦਸਤ ਜੀ ਹੋਈ ਹੈ, ਅਤੇ ਇੱਧਰ ਵੀ ਮਾਸ਼ਾਅੱਲਾ ਬੱਚਿਆਂ ਦੀ ਵਰਾਇਟੀ ਬਹੁਤ ਹੀ ਜ਼ਿਆਦਾ ਹੈ ਜੀ, ਰੰਗ ਬਿਰੰਗੇ ਬੱਚਿਆਂ ਦੇ ਸੂਟ ਲੱਗੇ ਨੇ, ਇੱਧਰ ਵੀ ਕੋਈ ਵੀ ਨਹੀਂ, ਮੈਂ ਚਲੋ ਅਸੀਂ ਆ ਹੀ ਗਏ ਹੁਣ ਵਿਖਾ ਹੀ ਦਿੰਦੇ ਹਾਂ ਉਹਨੂੰ, ਸਾਰਾ ਸੁਲਤਾਨ ਵਾਲਿਆਂ ਕੋਲ ਕਿਹੜੇ ਕਿਹੜੇ ਸੂਟ ਨੇ, ਇਹ ਦੇਖੋ ਨਾ ਜੀ, ਫੁੱਲ ਦੁਕਾਨ ਬੱਚਿਆਂ ਨਾਲ ਭਰੀ ਹੈ, ਬੱਚਿਆਂ ਨਾਲ ਨਹੀਂ ਭਰੀ, ਬੱਚਿਆਂ ਦੇ ਸੂਟਾਂ ਨਾਲ ਭਰੀ ਹੈ, ਅਤੇ ਪਿੱਛੇ ਵੀ ਮਾਸ਼ਾਅੱਲਾ ਥੋੜ੍ਹੀ ਮਰਦਾਨਾ ਵਰਾਇਟੀ ਵੀ ਹੈ ਬੱਚਿਆਂ ਦੀ, ਇਹ ਦੇਖੋ ਕਿਆ ਜ਼ਬਰਦਸਤ ਲਓ ਜੀ, ਵੇਖ ਲਓ ਜੀ ਚਾਚਾ ਪਲਾਜ਼ਾ ਦੇ ਬਾਹਰ ਮਾਸ਼ਾਅੱਲਾ ਗੰਨੇ ਵੀ ਆ ਗਏ ਨੇ ਬੜੇ ਤਾਜ਼ਾ ਤਾਜ਼ਾ ਜੀ, ਗੰਨੇ ਦਾ ਜੂਸ ਅਤੇ ਗਰਮੀ ਦੇ ਮੌਸਮ 'ਚ ਪੀਣਾ ਬਣਦਾ ਹੈ। ਸਲਾਮ ਅਲੈਕੁਮ ਭਾਈ ਜਾਨ, ਕਿਆ ਹਾਲ ਹੈ? ਠੀਕ ਠਾਕ ਹੈ, ਖਰੀਏ ਸੇ ਹੋ? ਸ਼ੁਕਰ ਹੈ। ਤੋ ਯੇ ਕੋਈ ਨਿਆ ਲਗਾਇਆ ਇਧਰ ਗੰਨੇ ਕਾ ਜੂਸ? ਹਾਂ ਜੀ ਚਾਚਾ, ਪਲਾਜ਼ਾ ਬਣਾ ਹੈ ਤੋ ਲਗਾ ਲਿਆ ਹੈ। ਹਾਂ ਜੀ, ਇਸਕਾ ਮਤਲਬ ਆਪ ਇਧਰ ਹੀ ਹੋਗੇ? ਹਾਂ ਜੀ, ਉਹ ਵੀ ਇਧਰ ਹੋ। ਐਵਰੀ ਡੇ ਜਾਂ ਫ੍ਰਾਈਡੇ ਆਫ ਹੁੰਦਾ ਹੈ, ਪਲਾਜ਼ਾ ਬੰਦ ਹੁੰਦਾ ਹੈ। ਹਾਂ ਜੀ, 6 ਡੇਜ਼ ਹੁੰਦੇ। ਬਿਲਕੁਲ ਜੀ, ਜਿਸ ਪੀਣਾ ਜੀ ਗੰਨੇ ਦਾ ਵਧੀਆ ਜਿਹਾ ਜੂਸ, ਚਾਚਾ ਪਲਾਜ਼ਾ ਆਓ ਤੇ ਭਾਈ ਕੋਲ ਵਧੀਆ ਜਿਹਾ ਗੰਨੇ ਦਾ ਜੂਸ ਪੀਓ। ਤੇ ਕੀ ਕੀਮਤ ਹੈ ਇਸਕੀ? ਇਸਕੀ 4 ਪਾਉਂਡ। 4 ਪਾਉਂਡ ਦਾ, ਬਹੁਤ ਸਸਤਾ ਦੇ ਰਹੇ ਹੋ ਮਾਸ਼ਾਅੱਲਾ। ਆਈਸ ਵੀ ਡਾਲਤੇ ਹੈ ਠੰਡਾ। ਹਾਂ ਜੀ, ਗਰਮੀ ਕੇ ਮੌਸਮ ਮੇ ਆਈਸ ਤੋਂ ਬਣਦੀ ਹੈ, ਜਾਂ ਫਿਰ ਵਧੀਆ ਜਿਹਾ ਗੰਨੇ ਦਾ ਜੂਸ ਮੈਂ ਪੀ ਲਈਏ ਇਥੋਂ ਨਾ। ਇਹ ਵੇਖ ਲਓ ਮਾਸ਼ਾਅੱਲਾ ਜੀ, ਗੰਨੇ ਦਾ ਜੂਸ ਬਣ ਰਿਹਾ। ਵਾਹ ਜੀ ਵਾਹ ਭਾਈ, ਔਰ ਇੱਥੇ ਹੀ ਆਉਣਗੇ ਤਾਂ ਵਧੀਆ ਜਿਹਾ ਗੰਨੇ ਦਾ ਜੂਸ ਤੁਹਾਨੂੰ ਪਿਆਉਣਗੇ। ਆਹ ਦੇਖ ਲਓ ਜੀ, ਕਿੰਨਾ ਜ਼ਬਰਦਸਤ ਆ ਗੰਨੇ ਦਾ ਜੂਸ ਹੈ ਜੀ, ਸਿਰਫ ਗੰਨੇ ਦਾ ਜੂਸ ਵੀ ਹੈ ਜਾਂ ਹੋਰ ਕਿਸ ਕਿਸੇ? ਔਰੇਂਜ, ਪਾਈਨਐਪਲ, ਐਪਲ, ਗ੍ਰੇਪ ਸਭ ਕੁਝ ਹੈ। ਅੱਛਾ, ਔਰੇਂਜ ਪਾਈਨਐਪਲ ਦਾ ਵੀ ਮਿਲੇਗਾ ਇੱਧਰ? ਵਾਹ ਜੀ ਵਾਹ, ਵੇਖ ਲਓ ਭਾਈ ਕਹਿੰਦੇ ਜੀ ਖਾਲੀ ਗੰਨੇ ਦਾ ਨਹੀਂ, ਔਰੇਂਜ ਪਾਈਨਐਪਲ ਦਾ ਵੀ ਜੂਸ ਵਧੀਆ ਜਿਹਾ ਮਿਲੇਗਾ। ਵਾਹ ਜੀ ਵੇਖ ਲਓ ਮਾਸ਼ਾਅੱਲਾ, ਕਿੰਨਾ ਸੋਹਣਾ ਜਿਹਾ ਲੱਗ ਰਿਹਾ ਜੀ ਗੰਨੇ ਦਾ ਜੂਸ ਹੈ ਜੀ। ਵਾਹ ਜੀ, ਪਾਕਿਸਤਾਨ ਵਾਲਾ ਮਾਹੌਲ ਮਿਲੇਗਾ ਤੁਹਾਨੂੰ ਇੱਥੇ। ਅਤੇ ਭਾਈ ਔਰ ਮਾਸ਼ਾਅੱਲਾ ਬੜਾ ਸੋਹਣਾ ਜਿਹਾ ਗੰਨੇ ਦਾ ਜੂਸ ਬਣਾਇਆ ਭਾਈ, ਇਹਦੇ ਅੰਦਰ ਨਮਕ ਸ਼ਮਕ ਵੀ ਜਾਏਗਾ? ਸਭ ਕੁਛ। ਅੱਛਾ ਜੀ, ਬਿਲਕੁਲ, ਕਹਿੰਦੇ ਜੀ ਕਾਲਾ ਨਮਕ ਵੀ ਜਾਏਗਾ ਇਹਦੇ ਅੰਦਰ, ਇਹ ਵੇਖੋ ਨਾ ਜੀ, ਵਾਹ ਬਲੈਕ ਸਾਲਟ ਮਾਸ਼ਾਅੱਲਾ। ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਤੇ ਪਸੰਦ ਆਈ ਹੋਣੀ, ਤੇ ਮਾਸ਼ਾਅੱਲਾ ਵਧੀਆ ਜੀ ਆਫਰ ਚਾਚੇ ਪਲਾਜ਼ੇ ਵਾਲਿਆਂ ਲਾਈ ਹੈ ਜਨਾਬ, ਵੇਖ ਲਓ ਸੋਨੇ ਦੀ ਇੱਕ ਅੰਗੂਠੀ, ਉਹ ਵੀ ਕੁਰਾਂਦਾਜ਼ੀ ਤੁਹਾਨੂੰ ਮਿਲੇਗੀ, ਆਓ ਸ਼ਾਪਿੰਗ ਕਰੋ ਵਧੀਆ ਜੀ ਇੱਥੋਂ, ਤੇ ਸੋਨੇ ਦੀ ਅੰਗੂਠੀ ਦੀ ਕੁਰਾਂਦਾਜ਼ੀ 'ਚ ਵੀ ਸ਼ਾਮਿਲ ਹੋ ਜਾਓ, ਤੇ ਮਾਸ਼ਾਅੱਲਾ ਪਲਾਜ਼ੇ ਦੇ ਬਹੁਤ ਵਧੀਆ ਜੀ ਆਫਰਾਂ ਲੱਗੀਆਂ ਨੇ, ਤੇ ਮਾਸ਼ਾਅੱਲਾ ਹੁਣ ਤੇ ਰਸ਼ ਕਾਫੀ ਸ਼ੁਰੂ ਹੋ ਗਿਆ, ਲੋਕ ਕਾਫੀ ਦੂਰ ਦੂਰ ਤੋਂ ਆ ਰਹੇ ਨੇ, ਤੇ ਮਾਸ਼ਾਅੱਲਾ ਕੋਚ ਆਈਏ ਹੋਣੀ ਇੱਥੇ ਨਾ, ਤੇ ਬੜੇ ਦੂਰੋਂ ਆਏ ਨੇ, ਕਹਿੰਦੇ ਨੇ ਤੁਸੀਂ ਤੁਹਾਡੀ ਵੀਡੀਓ ਵੇਖੀ ਸੀ ਤੇ ਤੁਹਾਨੂੰ ਪਤਾ ਲੱਗਾ, ਤੇ ਅਸੀਂ ਇੱਥੇ ਪਹੁੰਚ ਗਏ ਹਾਂ, ਤੇ ਇਹਨਾਂ ਦੀ ਪਿਆਰ ਮੁਹੱਬਤ ਇੱਥੇ ਆ ਜਾਂਦੇ ਨੇ, ਤੇ ਮੈਨੂੰ ਤੇ ਇਜਾਜ਼ਤ, ਇਨਸ਼ਾਅੱਲਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਅੱਲਾ ਹਾਫਿਜ਼।